ਸਵਾਗਤ ਕਰਦੇ ਹਾਂ ਜੀ ਬਹੁਤ ਬਹੁਤ ਤੁਹਾਡਾ ਪ੍ਰੋਗਰਾਮ ਗੱਲਾਂ ਅਤੇ ਗੀਤ ਦੇ ਵਿੱਚ। ਇੱਕ ਨਾ ਛੋਟੀ ਜਿਹੀ ਘਟਨਾ ਗੁਰੂ ਨਾਨਕ ਸਾਹਿਬ ਦੇ ਬਚਪਨ ਦੀ ਕਿ ਖੇਡਦੇ ਪਏ ਨੇ ਬਾਹਰ ਆਪਣੇ ਦੋਸਤਾਂ ਦੇ ਨਾਲ, ਤਾਂ ਜਿਵੇਂ ਬੱਚਿਆਂ ਨੂੰ ਖੇਡਦੇ ਖੇਡਦੇ ਭੁੱਖ ਲੱਗਦੀ ਹੈ ਨਾ, ਤਾਂ ਫਿਰ ਉਹ ਘਰ ਆ ਕੇ ਕੁਝ ਨਾ ਕੁਝ ਖਾ ਪੀ ਕੇ ਫਿਰ ਖੇਡਣ ਜਾਂਦੇ ਨੇ, ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਜਦੋਂ ਨਿੱਕੇ ਜਿਹਿਆਂ ਨੂੰ ਭੁੱਖ ਲੱਗੀ ਅਤੇ ਉਹ ਘਰ ਆਏ ਅਤੇ ਕੁਝ ਖਾਧਾ ਅਤੇ ਫਿਰ ਖੇਡਣ ਚੱਲੇ, ਅਤੇ ਮਾਤਾ ਜੀ ਪੁੱਛਦੇ ਨੇ ਗੇਂਦ ਕਿੱਥੇ ਹੈ, ਕਹਿੰਦੇ ਬਾਹਰ ਮੇਰੇ ਦੋਸਤਾਂ ਨਾਲ ਖੇਡਦੀ ਪਈ ਹੈ। ਇਹ ਨਹੀਂ ਕਿਹਾ ਮੇਰੇ ਦੋਸਤ ਗੇਂਦ ਨਾਲ ਖੇਡਦੇ ਪਏ ਨੇ। ਸੋ ਕਮਾਲ ਹੈ ਕਿ ਜਿਸ ਤਰ੍ਹਾਂ ਉਹ ਸਾਨੂੰ ਸਪੋਰਟਸ ਵੱਲ ਲੈ ਕੇ ਜਾਂਦੇ ਨੇ, ਔਰ ਅਸੀਂ ਦੇਖੀਏ ਦਸਾਂ ਗੁਰੂ ਸਾਹਿਬਾਨ ਦਾ ਇਤਿਹਾਸ, ਤਾਂ ਸਪੋਰਟਸ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਮਹੱਤਵ ਦਿੱਤਾ ਹੈ। ਸੋ ਸਪੋਰਟਸ ਦਾ ਮਹੱਤਵ ਸਾਡੇ ਕਲਚਰ ਦਾ, ਸਾਡੇ ਸੱਭਿਆਚਾਰ ਦਾ ਪੂਰਾ ਹਿੱਸਾ ਰਿਹਾ, ਔਰ ਸਾਡੇ ਨਾ ਸਿਰਫ ਭਾਰਤ, ਨਾ ਸਿਰਫ ਪੰਜਾਬ, ਬਲਕਿ ਪੂਰੀ ਦੁਨੀਆ ਦੇ ਸੱਭਿਆਚਾਰ ਦਾ ਹਿੱਸਾ ਰਿਹਾ। ਓਲੰਪਿਕਸ ਇੱਕ ਇੱਦਾਂ ਦੀਆਂ ਖੇਡਾਂ ਨੇ ਜਿਨ੍ਹਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ, ਔਰ ਰੋਮ ਦੇ ਵਿੱਚ ਇਹ ਸ਼ੁਰੂ ਹੁੰਦੀਆਂ ਨੇ, ਏਥੈਂਸ ਦੇ ਵਿੱਚ, ਵਿੱਚ ਗੈਪ ਵੀ ਪੈਂਦਾ, ਉਸ ਤੋਂ ਬਾਅਦ ਫਿਰ ਤੋਂ ਦੁਬਾਰਾ ਸ਼ੁਰੂ ਹੁੰਦੀਆਂ ਨੇ, ਔਰ ਅੱਜ ਤਾਂ ਤੁਸੀਂ ਦੇਖਦੇ ਹੀ ਹੋ ਓਲੰਪਿਕਸ ਦਾ ਦੌਰ ਵੀ ਚੱਲਦਾ ਪਿਆ, ਔਰ ਹਰ ਖਿਡਾਰੀ ਨੂੰ ਓਲੰਪੀਅਨ ਬਣਨ ਦਾ ਇੱਕ ਸੁਪਨਾ ਵੇਖਣ ਦਾ ਸ਼ੌਕ ਵੀ ਹੁੰਦਾ, ਸੋ ਕਈਆਂ ਦਾ ਇਹ ਸ਼ੌਕ ਪੂਰਾ ਵੀ ਹੁੰਦਾ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਓਲੰਪਿਕਸ ਬਾਰੇ ਜੋ ਚੱਲਦੀਆਂ ਪਈਆਂ ਨੇ, ਔਰ ਇਹਨਾਂ ਦੀ ਜੋ ਮਿਤੀ ਹੈ 26 ਜੁਲਾਈ ਤੋਂ ਲੈ ਕੇ 11 ਅਗਸਤ ਤੱਕ, ਸੋ ਬਿਲਕੁਲ ਹੁਣ ਆਪਣੇ ਅੰਤਿਮ ਦਿਨਾਂ 'ਤੇ ਨੇ, ਔਰ ਇਹਦੇ ਵਿੱਚ ਕੀ ਕਾਰਗੁਜ਼ਾਰੀ ਰਹੀ ਪੂਰੀ ਦੁਨੀਆ ਦੀ, ਕੀ ਕਾਰਗੁਜ਼ਾਰੀ ਰਹੀ ਭਾਰਤ ਦੀ, ਵੱਖ ਵੱਖ ਸਪੋਰਟਸ ਪਰਸਨ ਕਿੱਦਾਂ ਦੇ ਆਪਣੇ ਕਾਰਨਾਮੇ ਕਰਕੇ ਇਤਿਹਾਸ ਨੂੰ ਰਚਿਆ ਉਹਨਾਂ ਨੇ, ਤਮਾਮ ਗੱਲਾਂ ਕਰਾਂਗੇ, ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਿ ਕਿਵੇਂ ਲੋਕਤੰਤਰ ਇਹਦੇ ਨਾਲ ਜੁੜਿਆ ਹੋਇਆ, ਸੈਕੂਲਰਿਜ਼ਮ ਇਹਦੇ ਨਾਲ ਜੁੜਿਆ ਹੋਇਆ ਹੈ, ਸਪੋਰਟਸ ਪਰਸਨ ਨੂੰ ਕਿੱਦਾਂ ਦਾ ਦਿਮਾਗੀ ਤੌਰ 'ਤੇ ਔਰ ਸਿਹਤ ਦੇ ਤੌਰ ਦੇ ਉੱਤੇ ਸਿਹਤਮੰਦ ਹੋਣਾ ਚਾਹੀਦਾ, ਤਮਾਮ ਗੱਲਾਂ ਕਰਾਂਗੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਜੋ ਖੁਦ ਹੀ ਇੰਟਰਨੈਸ਼ਨਲ ਸਪੋਰਟਸਮੈਨ ਨੇ, ਜਗਰੂਪ ਸਿੰਘ ਕਾਲੋਂ, ਆਓ ਉਹਨਾਂ ਦਾ ਸਵਾਗਤ ਵੀ ਕਰੀਏ ਅਤੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਬਹੁਤ ਬਹੁਤ ਸਵਾਗਤ ਤੁਹਾਡਾ ਗੱਲਾਂ ਅਤੇ ਗੀਤ ਵਿੱਚ ਕਾਲੋ ਸਾਹਿਬ ਜੀ। ਸਭ ਤੋਂ ਪਹਿਲਾਂ ਤਾਂ ਭਾਅ ਜੀ ਤੁਹਾਡਾ ਔਰ ਜਲੰਧਰ ਦੂਰਦਰਸ਼ਨ ਦੀ ਪੂਰੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਅੱਜ ਐਡੇ ਵੱਡੇ ਇੱਕ ਈਵੈਂਟ ਓਲੰਪਿਕਸ ਦੇ ਮੌਕੇ 'ਤੇ ਮੈਨੂੰ ਅੱਜ ਇੱਥੇ ਬੁਲਾਇਆ। ਬਿਲਕੁਲ ਜੀ, ਜਿਹੜਾ ਮੋਟੋ ਹੈ ਨਾ ਇਹਨਾਂ ਦਾ, ਥੀਮ ਹੈ, ਉਹ ਬੜਾ ਜ਼ਬਰਦਸਤ ਮੈਨੂੰ ਲੱਗਾ, ਜਿਹੜਾ ਸ਼ੁਰੂ ਤੋਂ ਚੱਲੇ ਆ ਰਿਹਾ ਨਾ ਓਲੰਪਿਕਸ ਦਾ ਸੱਭਿਆਚਾਰ, ਫਾਸਟਰ ਹਾਇਰ ਸਟਰੋਂਗਰ, ਮਤਲਬ ਤੇਜ਼ ਤੋਂ ਤੇਜ਼ ਤੁਸੀਂ ਦੌੜੋ, ਔਰ ਉੱਚੇ ਤੋਂ ਉੱਚੇ ਤੁਸੀਂ ਛਾਲ ਮਾਰੋ, ਔਰ ਇੰਨੇ ਮਜ਼ਬੂਤ ਹੋ ਜਾਓ ਕਿ ਦੁਨੀਆ ਵਿੱਚ ਤੁਹਾਡੇ ਤੋਂ ਮਜ਼ਬੂਤ ਕੋਈ ਨਾ ਹੋਵੇ। ਸੋ ਇਹ ਇਨਸਾਨ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰਦੀਆਂ ਨੇ ਸਪੋਰਟਸ ਪੂਰੀ ਜ਼ਿੰਦਗੀ ਵਾਸਤੇ। ਕਾਲੋ ਸਾਹਿਬ, ਸ਼ੁਰੂਆਤ ਤੁਹਾਡੇ ਐਕਸਪੀਰੀਅੰਸ ਤੋਂ ਕਰਾਂਗੇ, ਥੋੜ੍ਹਾ ਜਿਹਾ ਬਰੀਫ ਜਿਹਾ ਸਾਨੂੰ ਦੱਸੋ, ਇੱਕ ਖਿਡਾਰੀ ਹੋ ਤੁਸੀਂ ਅੰਤਰਰਾਸ਼ਟਰੀ, ਸ਼ੁਰੂਆਤ ਤੋਂ ਹੁਣ ਤੱਕ ਸਪੋਰਟਸ ਨੇ ਤੁਹਾਨੂੰ ਕਿੱਦਾਂ ਦੀ ਜੀਵਨ ਦੇ ਵਿੱਚ ਜੀਵਨ ਸ਼ੈਲੀ ਦਿੱਤੀ ਹੈ, ਕੀ ਸਿਖਾਇਆ ਤੁਹਾਨੂੰ? ਬਿਲਕੁਲ ਖਾਨਾ ਸਾਹਿਬ, ਮੈਨੂੰ ਸਾਈਕਲਿੰਗ ਨੇ ਬਹੁਤ ਰੁਤਬਾ ਦਿੱਤਾ। ਮੈਂ ਸੰਨ 1998-99 ਦੇ ਵਿੱਚ ਸਾਈਕਲਿੰਗ ਖੇਡ ਦੇ ਵਿੱਚ ਆਇਆ, ਔਰ ਬਹੁਤ ਕਿਸਾਨੀ ਪਰਿਵਾਰ ਤੋਂ ਉੱਠ ਕੇ ਪਿੰਡਾਂ ਦੀ ਜ਼ਿੰਦਗੀ ਜਿਉਂਦੇ ਹੋਏ ਅਸੀਂ ਦੁਨੀਆ ਦੀ ਸਭ ਤੋਂ ਰਿਚੈਸਟ, ਸਭ ਤੋਂ ਕੋਸਟਲੀ ਜਿਹੜੀ ਗੇਮ ਹੈ, ਉਹ ਸਭ ਤੋਂ, ਜੇ ਮੈਂ ਓਲੰਪਿਕਸ ਦੀ ਗੱਲ ਕਰਾਂ ਤਾਂ ਓਲੰਪਿਕਸ ਜਦੋਂ ਪਹਿਲੀਆਂ ਓਲੰਪਿਕਸ ਖੇਡਾਂ ਹੋਈਆਂ ਨੇ, ਉਹਦੇ 'ਚ ਸਾਈਕਲਿੰਗ ਜਿਹੜੀ ਸਪੋਰਟਸ ਹੈ ਉਸ ਈਵੈਂਟ ਦਾ ਹਿੱਸਾ ਸੀ, ਔਰ ਉਹ ਗੇਮ ਨੂੰ ਮੈਂ ਕੀਤਾ, ਔਰ ਮੇਰੇ ਮਾਤਾ ਪਿਤਾ, ਮੇਰੇ ਕੋਚ ਸਾਹਿਬਾਨ ਦਾ ਬਹੁਤ ਵੱਡਾ ਰੋਲ ਰਿਹਾ, ਮੇਰੇ ਟੀਚਰਸ ਦਾ, ਉਹਨਾਂ ਦਾ, ਸਾਰੇ ਮੇਰੇ ਯਾਰ ਦੋਸਤਾਂ ਦਾ ਬਹੁਤ ਸਹਿਯੋਗ ਰਿਹਾ, ਔਰ ਬਹੁਤ ਸੰਘਰਸ਼ਪੂਰਨ ਜ਼ਿੰਦਗੀ ਹੈ, ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂਕਿ ਮੈਂ ਦੱਸਿਆ ਕਿ ਮੈਂ ਕਿਸਾਨੀ ਪਰਿਵਾਰ ਤਾਲੁਕ ਰੱਖਦਾ, ਪਿੰਡਾਂ ਰੱਖਦਾ, ਮੈਂ ਸਾਈਕਲਿੰਗ ਸਪੋਰਟਸ ਸਕੂਲ ਦੇ ਦੌਰਾਨ ਸਾਈਕਲ 'ਤੇ ਜਾਣਾ, ਸਾਈਕਲ 'ਤੇ ਆਉਣਾ, ਔਰ ਜਦੋਂ ਮੈਂ ਬਿਗਨਿੰਗ ਟਾਈਮ ਸੀ ਮੇਰਾ, ਉਦੋਂ ਅਸੀਂ ਸ਼ਾਹਬਾਦ ਮਾਰਕੰਡਾ, ਸਾਡੇ ਤੋਂ 70-80-90 ਕਿਲੋਮੀਟਰ ਅਪ ਡਾਊਨ ਬਣਦਾ, ਅਤੇ ਉਹਦੇ 'ਚ ਅਸੀਂ ਟ੍ਰੇਨਿੰਗ ਕਰਨੀ, ਉਸ ਤੋਂ ਬਾਅਦ ਸਾਈਕਲ 'ਤੇ ਸਕੂਲ ਜਾਣਾ, ਫਿਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ 'ਤੇ ਆਉਂਦੇ ਗਏ, ਗਰਾਊਂਡ ਵਿੱਚ ਟ੍ਰੇਨਿੰਗ ਕਰਨੀ, ਸੋ ਪੂਰੀ ਸਾਈਕਲਿੰਗ ਦੇ ਵਿੱਚ ਸਾਈਕਲ 'ਤੇ ਸਫ਼ਰ ਨਿਕਲਿਆ, ਅਤੇ ਉਹ ਪ੍ਰੋਫੈਸ਼ਨ ਬਣ ਗਿਆ, ਅਤੇ
ਜਿਹੜਾ ਅੱਜ ਰੁਤਬਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਸਾਈਕਲਿੰਗ ਕਰਕੇ ਮੈਂ ਜਾਣਿਆ ਜਾਂਦਾ। ਓਕੇ, ਅਸੀਂ ਆਪਣੇ ਬੱਚਿਆਂ ਨੂੰ ਸਪੋਰਟਸ ਵੱਲ ਲੈ ਕੇ ਆਉਣਾ, ਆਪਾਂ ਸ਼ੁਰੂ ਤੋਂ ਹੀ ਮਾਹੌਲ ਬਣਾ ਕੇ ਤੁਰਦੇ ਹਾਂ। ਸਪੋਰਟਸ ਦੇ ਵਿੱਚ ਜਿਹੜਾ ਤੁਸੀਂ ਅਨੁਸ਼ਾਸਨ ਸਿੱਖਦੇ ਹੋ, ਡਿਸਿਪਲਿਨ ਸਿੱਖਦੇ ਹੋ, ਕਿਉਂਕਿ ਬਿਨਾਂ ਅਨੁਸ਼ਾਸਨ ਤੋਂ ਤਾਂ ਤੁਸੀਂ ਇਸ ਰੁਤਬੇ ਦੇ ਨਹੀਂ ਪਹੁੰਚ ਸਕਦੇ ਜਿਹੜੇ ਰੁਤਬੇ ਦੀ ਤੁਸੀਂ ਗੱਲ ਕਰਦੇ ਪਏ ਹੋ, ਓਲੰਪਿਕਸ ਦੀ ਅਸੀਂ ਗੱਲ ਕਰਦੇ ਪਏ ਹਾਂ। ਅਨੁਸ਼ਾਸਨ ਜਿਹੜਾ ਸਿੱਖਦੇ ਹਾਂ, ਟੀਮ ਵਰਕ, ਸਭ ਨਾਲ ਮਿਲ ਕੇ ਚੱਲਣਾ, ਔਰ ਉਹ ਮਿਲ ਕੇ ਚੱਲਣਾ ਅੱਗੇ ਵੀ ਹੈ, ਪਰਿਵਾਰ ਦੇ ਵਿੱਚ ਵੀ ਹੈ, ਮੁਹੱਲੇ ਦੇ ਵਿੱਚ ਵੀ ਮਿਲ ਕੇ ਚੱਲਣਾ, ਆਫਿਸ ਦੇ ਵਿੱਚ ਵੀ, ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਵੀ, ਸਾਰੇ ਸਾਥੀਆਂ ਨੂੰ ਮਿਲ ਕੇ ਚੱਲਣਾ, ਕਿਉਂਕਿ ਇੱਕ ਟੀਮ ਹੈ, ਟੀਮ ਨੇ ਮਿਲ ਕੇ ਹੀ ਜਿੱਤਣਾ ਹੁੰਦਾ। ਸੋ ਜੋ ਸਪੋਰਟਸਮੈਨ ਸਿੱਖਦਾ, ਸਪੋਰਟਸ ਪਰਸਨ ਸਿੱਖਦਾ ਖੇਡ ਦੇ ਮੈਦਾਨ ਚੋਂ, ਜੋ ਸਾਰੀ ਜ਼ਿੰਦਗੀ ਵਾਸਤੇ ਗੁਣ ਨੇ, ਉਹਨਾਂ ਬਾਰੇ ਜ਼ਰਾ ਦੱਸ ਦਿਓ ਜੋ ਬੱਚਿਆਂ ਦੇ ਕੰਮ ਆਉਣ। ਜੀ ਬਿਲਕੁਲ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਜਿਹੜੀ ਸਪੋਰਟਸ ਆ ਉਹੀ ਇੱਕ ਐਸਾ ਮਾਧਿਅਮ ਹੈ ਜਿਹਦੇ ਰਾਹੀਂ ਅਸੀਂ ਡਿਸਿਪਲਿਨ ਅਨੁਸ਼ਾਸਨ ਸਿੱਖਦੇ ਹਾਂ, ਔਰ ਇਹ ਚੀਜ਼ਾਂ ਖਾਨਾ ਸਾਹਿਬ ਬਹੁਤ ਗਰਾਸ ਰੂਟ ਤੋਂ ਹੀ ਕਰਨ ਦੀ ਲੋੜ ਹੈ। ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਸੀ, ਅਸੀਂ ਜ਼ੋਨ ਪੱਧਰ 'ਤੇ ਖੇਡਦੇ ਰਹੇ, ਉਸ ਤੋਂ ਬਾਅਦ ਅਸੀਂ ਡਿਸਟ੍ਰਿਕਟ ਖੇਡੇ, ਫਿਰ ਸਟੇਟ ਖੇਡੇ, ਸਾਡੇ ਕੋਚ ਸਾਹਿਬਾਨ, ਸਾਡੇ ਫਿਜੀਕਲ ਟੀਚਰ ਸਾਹਿਬਾਨਾਂ ਨੇ ਸਾਨੂੰ ਇਹ ਚੀਜ਼ਾਂ ਸਿਖਾਈਆਂ। ਔਰ ਮੈਂ ਇਹ ਵੀ ਤੁਹਾਡੇ ਦੁਨੀਆ 'ਚ ਵਾਸਤੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਸਪੋਰਟਸ ਜਿੱਥੇ ਅਸੀਂ ਫਿਜੀਕਲ ਤੌਰ 'ਤੇ ਫਿਟਨੈਸ ਹੁੰਦੇ ਹਾਂ, ਉੱਥੇ ਅਸੀਂ ਮੈਂਟਲੀ ਤੌਰ 'ਤੇ ਬਹੁਤ ਫਿੱਟ ਹੁੰਦੇ ਹਾਂ, ਕਿਉਂਕਿ ਤੁਹਾਨੂੰ ਜਿਹੜਾ ਕੰਸਟਰੇਸ਼ਨ ਹੈ ਤੁਹਾਡਾ, ਜਿਵੇਂ ਮੰਨ ਲਓ ਸ਼ੂਟਿੰਗ ਹੈ, ਸਾਈਕਲਿੰਗ ਹੈ, ਬੌਕਸਿੰਗ ਹੈ, ਇਹਨਾਂ 'ਚ ਕੰਸਟਰੇਸ਼ਨ ਦੀ ਬਹੁਤ ਲੋੜ ਹੁੰਦੀ ਹੈ। ਉਹ ਡਿਸਿਪਲਿਨ ਹੈ, ਕੰਸਟਰੇਸ਼ਨ ਹੈ, ਇਹ ਮਾਨਸਿਕ ਤੌਰ 'ਤੇ ਫਿੱਟ ਰਹਿਣਾ, ਸਰੀਰਕ ਤੌਰ 'ਤੇ ਫਿੱਟ ਰਹਿਣਾ, ਇਹ ਸਾਰਾ ਇਹ ਸਪੋਰਟਸ ਇੱਕ ਦਾਇਰਾ ਆ। ਔਰ ਜੇ ਮੈਂ ਗੱਲ ਕਰਾਂ, ਜ਼ਰੂਰੀ ਨਹੀਂ ਕਿ ਇੱਕ ਸਪੋਰਟਸਮੈਨ ਹੀ ਸਪੋਰਟਸ ਕਰ ਸਕਦਾ, ਸਵੇਰੇ ਕੋਈ ਵੀ ਆਮ ਇਨਸਾਨ ਵੀ ਉੱਠਦਾ ਤਾਂ ਉਹ ਸਪੋਰਟਸਮੈਨ ਹੀ ਹੈ, ਉੱਠ ਕੇ ਆਪਣਾ ਕੰਮ ਕਾਰ ਕੀਤਾ, ਚਾਹੇ ਕੋਈ ਖੇਤੀਬਾੜੀ ਕਰਦਾ, ਚਾਹੇ ਉਹ ਸਟੱਡੀ ਕਰਦਾ, ਕੋਈ ਜੋਗਿੰਗ ਕਰਦਾ, ਉਹ ਸਾਰਾ ਇੱਕ ਸਪੋਰਟਸ ਦਾ ਹੀ ਪਾਰਟ ਹੈ। ਅਤੇ ਮਤਲਬ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਆਪਾਂ ਜਿਹੜਾ ਸਾਰੇ ਹੀ ਸਪੋਰਟਸ ਕਿਰਿਆਵਾਂ ਕਰਦੇ ਹਾਂ, ਔਰ ਅਨੁਸ਼ਾਸਨ ਜਿਹੜਾ ਉਹ ਸਾਨੂੰ ਸਪੋਰਟਸ ਤੋਂ ਵੱਧ ਕੋਈ ਆਪਾਂ ਨੂੰ ਨਹੀਂ ਸਿਖਾ ਸਕਦਾ। ਬਿਲਕੁਲ, ਕਿਉਂਕਿ ਸਪੋਰਟਸ ਦਾ ਥੀਮ ਦੀ ਅਸੀਂ ਗੱਲ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ, ਕਿਉਂਕਿ ਬਹੁਤ ਸਾਰੇ ਥੀਮ ਲਿੱਤੇ, ਇੱਕ ਥੀਮ ਇਹ ਵੀ ਲਿੱਤਾ ਹੈ, ਲੈਟ ਅਸ ਮੂਵ ਐਂਡ ਸੈਲੀਬ੍ਰੇਟ, ਮਤਲਬ ਆਓ ਜ਼ਿੰਦਗੀ ਨੂੰ ਅੱਗੇ ਵਧਾਈਏ ਤੇ ਜ਼ਿੰਦਗੀ ਦਾ ਉਤਸਵ ਮਨਾਈਏ, ਕਿਉਂਕਿ ਜ਼ਿੰਦਗੀ ਇੱਕ ਉਤਸਵ ਹੈ, ਇੱਕ ਮੇਲਾ ਹੈ, ਇੱਕ ਤਿਉਹਾਰ ਹੈ, ਤੇ ਗੇਮਸ ਵਾਈਡ ਓਪਨ, ਮਤਲਬ ਜ਼ਿੰਦਗੀ ਦਾ ਖੇਡ ਖੇਡੀਏ ਤੇ ਜ਼ਿੰਦਗੀ ਦੇ ਖੇਡ ਦੇ ਵਿੱਚ ਖੇਡਾਂ ਵੀ ਖੇਡੀਏ, ਇਹ ਸਾਨੂੰ ਜ਼ਿੰਦਗੀ ਨੂੰ ਹਰ ਤਰ੍ਹਾਂ ਨਾਲ ਤਿਆਰ ਹੋਣ ਦੇ ਵਿੱਚ ਮਦਦ ਕਰਦੀਆਂ ਨੇ। ਸੋ ਬਹੁਤ ਵੱਡਾ ਵਿਜ਼ਨ, ਬਹੁਤ ਵੱਡੀ ਸੋਚ ਹੈ ਜਿਸ ਨੂੰ ਲੈ ਕੇ ਇਹ ਓਲੰਪਿਕਸ ਰਚੀਆਂ ਜਾਂਦੀਆਂ ਨੇ, ਹਰ ਇੱਕ ਭਾਰਤੀ ਖਿਡਾਰੀ ਦਾ ਸੁਪਨਾ। ਸੋ ਇਸ ਵਾਰ ਜਿਹੜੀਆਂ ਖੇਡਾਂ ਹੋਈਆਂ ਨੇ 26 ਜੁਲਾਈ ਤੋਂ 11 ਅਗਸਤ ਤੱਕ ਹੋ ਰਹੀਆਂ ਨੇ, ਤਕਰੀਬਨ 19 ਦਿਨਾਂ ਦਾ ਇਹ ਕੰਪੀਟੀਸ਼ਨ ਹੈ ਜਿਹਦੇ ਵਿੱਚ 32 ਦੇ ਕਰੀਬ ਸਪੋਰਟਸ ਨੇ ਇੰਨੀਆਂ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਨੇ, ਔਰ 200 ਦੇ ਕਰੀਬ ਦੇਸ਼ ਸ਼ਾਮਿਲ ਹੋ ਰਹੇ ਨੇ, ਔਰ ਉੱਥੋਂ ਦੇ ਖਿਡਾਰੀ ਵੱਖ ਵੱਖ ਸਪੋਰਟਸ ਦੇ ਵਿੱਚ। ਭਾਰਤ ਨੂੰ ਆਪਾਂ ਡਿਸਕਸ ਕਰਾਂਗੇ, ਭਾਰਤ ਦੇ ਬਾਰੇ, ਭਾਰਤ ਦੀ ਕਿੱਦਾਂ ਦੀ ਕਾਰਗੁਜ਼ਾਰੀ ਹੈ? ਬਿਲਕੁਲ ਜੀ, ਮੈਂ ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ, ਵੈਸੇ ਸਾਰੇ ਅਪਡੇਟ ਨੇ, ਔਰ ਅਮਨ ਸ਼ੇਖਾਵਤ ਜਿਹੜਾ 57 ਕਿਲੋ ਵਰਗ ਭਾਰ ਦੇ ਵਿੱਚ ਬ੍ਰੌਂਜ਼ ਮੈਡਲ ਸਾਡਾ ਭਾਰਤ ਦਾ ਹੁਣ ਲੇਟੈਸਟ ਜਿਹੜਾ ਆ ਗਿਆ, ਮੈਂ ਆਪਣੇ ਵੱਲੋਂ ਦੇਸ਼ ਵਾਸੀਆਂ ਨੂੰ ਔਰ ਖਿਡਾਰੀਆਂ ਨੂੰ ਵਧਾਈ ਵੀ ਦਿੰਦਾ। ਔਰ ਓਲੰਪਿਕਸ ਦੇ ਵਿੱਚ ਪ੍ਰਦਰਸ਼ਨ ਜਿਹੜਾ ਉਹ ਠੀਕ ਰਿਹਾ, ਸਾਡਾ ਇੱਕ ਸਿਲਵਰ ਮੈਡਲ ਨੀਰਜ ਚੋਪੜਾ ਜੀ, ਜਿਹਨਾਂ ਤੋਂ ਸਾਨੂੰ ਪੂਰੀ ਉਮੀਦ ਸੀਗੀ ਕਿ ਗੋਲਡ ਆਊਗਾ, ਚਲੋ ਖੈਰ ਸਿਲਵਰ ਆਇਆ, ਔਰ ਉਸ ਤੋਂ ਬਾਅਦ ਸਾਡੇ 5 ਬ੍ਰੌਂਜ਼ ਹੁਣ ਤੱਕ ਦੀ ਜਿਹੜੀ ਅਪਡੇਟ ਹੈ ਉਹ 5 ਬ੍ਰੌਂਜ਼ ਸਾਡੇ ਮੈਡਲ ਆ ਚੁੱਕੇ ਨੇ। ਔਰ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਰਹੀ ਸ਼ੂਟਿੰਗ ਦੇ ਵਿੱਚ, ਜੇ ਮਹਿਲਾਵਾਂ ਦੀ ਗੱਲ ਕਰਾਂ ਮੈਂ, ਤਾਂ ਮਨੂ ਬਾਕਰ ਨੇ 2 ਬ੍ਰੌਂਜ਼ ਮੈਡਲ ਜਿੱਤੇ, ਔਰ ਸ਼ੂਟਿੰਗ ਦੇ ਵਿੱਚ 2 ਬ੍ਰੌਂਜ਼ ਮੈਡਲ ਲੈਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਅਚੀਵਮੈਂਟ ਆ। ਔਰ ਸਭ ਤੋਂ ਵੱਡੀ ਗੱਲ ਮਹਿਲਾਵਾਂ ਨੂੰ, ਕਿਉਂਕਿ ਪੁਰਸ਼ ਪ੍ਰਧਾਨ ਦੇਸ਼ ਦੇ ਵਿੱਚ ਮਹਿਲਾ ਦਾ ਬ੍ਰੌਂਜ਼ ਮੈਡਲ ਲੈ ਜਾਣਾ, 2 ਲਗਾਤਾਰ ਬ੍ਰੌਂਜ਼ ਮੈਡਲ ਲੈ ਜਾਣੇ, ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ। ਇਸ ਤੋਂ ਇਲਾਵਾ ਲਕਸ਼ਿਆ ਸੈਨ ਬੈਡਮਿੰਟਨ ਦਾ ਸਾਡਾ ਬਹੁਤ ਵਧੀਆ ਖਿਡਾਰੀ ਹੈ, ਉਹਨੇ ਵੀ ਓਲੰਪਿਕਸ ਬਹੁਤ ਅੱਛਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਜੇ ਮੈਂ ਹਾਰਸ ਰਾਈਡਿੰਗ ਗੱਲ ਕਰਾਂ, ਅਥਲੈਟਿਕ ਦੇ ਵਿੱਚ 4x400 'ਚ ਅਸੀਂ ਬਹੁਤ ਵਧੀਆ ਕੁਆਲੀਫਾਈ ਦੇ ਵਿੱਚ ਰਹੇ, ਭਾਵੇਂ ਅਸੀਂ ਮੈਡਲ ਦੇ ਨਹੀਂ ਪਹੁੰਚ ਸਕੇ, ਕਿਉਂਕਿ ਜਿੱਦਾਂ ਤੁਸੀਂ ਗੱਲ ਕਰ ਰਹੇ ਓਲੰਪਿਕਸ, ਓਲੰਪਿਕਸ ਸਾਡੇ ਸਾਰਿਆਂ ਦੇ ਇੱਕ ਜ਼ਿਹਨ ਦੇ ਵਿੱਚ ਹੁੰਦਾ ਕਿ ਅਸੀਂ ਓਲੰਪਿਕਸ ਖੇਡਣੀ ਹੈ।
ਏਸ਼ੀਅਨ ਗੇਮ ਆਪਣੇ ਥਾਂ 'ਤੇ ਰੁਤਬਾ ਰੱਖਦਾ, ਜਿਹੜੀਆਂ ਕਾਮਨਵੈਲਥ ਗੇਮਸ ਨੇ ਆਪਣਾ ਤੌਰ ਰੱਖਦੇ ਆ, ਓਲੰਪਿਕਸ ਦਾ ਇੱਕ ਆਪਣਾ ਸਟੇਟਸ ਹੈ। ਬਿਲਕੁਲ, ਭਾਵੇਂ ਅਸੀਂ ਪਿਛਲੀ ਓਲੰਪਿਕਸ ਨਾਲੋਂ ਭਾਵੇਂ ਥੋੜ੍ਹਾ ਜਿਹਾ ਵੀਕ ਹਾਂ, ਪਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਕਈ ਜਿੱਦਾਂ ਤੁਸੀਂ ਪਹਿਲਾਂ ਸਟਾਰਟਿੰਗ ਗੱਲਿਆ ਕਿ ਗੱਲ ਕੀਤੀ ਹੈ ਕਿ ਜਿਹੜਾ ਮਾਨਸਿਕ ਤਣਾਓ ਹੈ ਜਾਂ ਮਾਨਸਿਕ ਸਿਸਟਮ ਹੈ ਉਹ ਵੀ ਕਿਤੇ ਨਾ ਕਿਤੇ ਇਸ, ਕਿਉਂਕਿ ਪ੍ਰੈਸ਼ਰ, ਕਿਉਂਕਿ ਓਲੰਪਿਕਸ ਦਾ ਪ੍ਰੈਸ਼ਰ ਆਪਣੇ ਲੈਵਲ 'ਤੇ ਪ੍ਰੈਸ਼ਰ ਹੁੰਦਾ, ਜਿਵੇਂ ਮੈਂ ਬੀਇੰਗ ਸਪੋਰਟਸਮੈਨ ਗੱਲ ਕਰਾਂ, ਚਾਹੇ ਅਸੀਂ ਓਲੰਪਿਕਸ ਦੀ ਗੱਲ ਕਰੀਏ ਚਾਹੇ ਅਸੀਂ ਨੈਸ਼ਨਲ ਚੈਂਪੀਅਨਸ਼ਿਪ ਦੀ ਗੱਲ ਕਰੀਏ, ਆਡੀਅਨ ਪ੍ਰੈਸ਼ਰ ਵੀ ਬਹੁਤ ਕੌਣ ਕਰਦਾ, ਹਰ ਚੀਜ਼ ਜਿਹੜੀ ਹੈ ਛੋਟੀ ਛੋਟੀ ਚੀਜ਼ ਵੀ ਤੁਹਾਡੀ ਜਿਹੜੀ ਹੈ ਉਸ ਮੈਡਲ ਦੀ ਪੌੜੀ ਤੱਕ ਚੜ੍ਹਨ ਲਈ ਜਿਹੜੀ ਕੰਸੀਡਰ ਕਰਦੀ ਹੈ। ਸੋ ਓਵਰਆਲ ਸਾਰੇ ਸਪੋਰਟਸ ਦੇ ਵਿੱਚ 110 ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਉਮੀਦ ਕਰਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜਾ ਅਸੀਂ ਹੋਰ ਜਿਹੜੇ ਵੱਡੇ ਇਵੈਂਟਸ ਨੇ ਉਹਦੇ 'ਚ ਅੱਛਾ ਪ੍ਰਦਰਸ਼ਨ ਕਰਾਂਗੇ। ਸ਼ੋਰ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਜਿਹੜੀ ਸਪੋਰਟਸ ਹੈ ਪਰਫਾਰਮਿੰਗ ਆਰਟ ਆ, ਹਜ਼ਾਰਾਂ ਦੇ ਗਿਣਤੀ ਦੇ ਵਿੱਚ ਦਰਸ਼ਕ ਨੇ, ਉਹਨਾਂ ਦੇ ਵਿੱਚ ਤੁਸੀਂ ਜਾਂਦੇ ਹੋ ਔਰ ਤੁਸੀਂ ਉੱਥੇ ਪਰਫਾਰਮ ਕਰਦੇ ਹੋ, ਸਟੇਡੀਅਮ ਦੇ ਵਿੱਚ ਤੇ 10 20 50 100 ਲੋਕ ਹੋਣਗੇ, ਪਰ ਜਦੋਂ ਮੈਂਟਲ ਪ੍ਰੈਸ਼ਰ ਦਿਮਾਗ ਦੇ ਉੱਤੇ ਜ਼ੋਰ ਪੈਂਦਾ ਹਜ਼ਾਰਾਂ ਦਰਸ਼ਕ, ਕਿਤੋਂ ਤੁਹਾਨੂੰ ਉਹ ਗੱਲਾਂ ਵੀ ਸੁਣਨੀਆਂ ਪੈਂਦੀਆਂ ਜਿਹੜੀ ਤੁਸੀਂ ਨਹੀਂ ਸੁਣਨਾ ਚਾਹੁੰਦੇ, ਦਿਲ ਟੁੱਟਦਾ, ਇਦਾਂ ਦੇ ਕਮੈਂਟਸ ਵੀ ਆਉਂਦੇ ਨੇ ਉਹਨਾਂ ਨੂੰ, ਕਿੱਦਾਂ ਟ੍ਰੋਲਿੰਗ ਜਿਹਨੂੰ ਆਪਾਂ ਕਹਿੰਦੇ ਆ, ਜਿਹਨੂੰ ਟ੍ਰੋਲਿੰਗ ਸ਼ਬਦ ਕਹਿੰਦੇ ਆ, ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਿੰਗ ਬਹੁਤ ਹੁੰਦੀ ਆ ਔਰ ਇਸ ਓਲੰਪਿਕਸ ਦੇ ਵਿੱਚ ਵੀ ਬਹੁਤ ਹੋਈ ਹੈ। ਅਮਰੀਕਾ ਦਾ ਜਿਹੜਾ ਲੀਡਿੰਗ ਨਿਊਜ਼ਪੇਪਰ ਹੈ ਨਿਊਯਾਰਕ ਟਾਈਮਸ, ਉਹਨੇ ਇਸ ਚੀਜ਼ ਨੂੰ ਕਾਫੀ ਕਵਰ ਕੀਤਾ, ਉਹਨੇ ਡੈਮੋਕ੍ਰੇਸੀ ਦੀ ਗੱਲ ਕੀਤੀ, ਸੈਕੂਲਰਿਜ਼ਮ ਦੀ ਗੱਲ ਕੀਤੀ, ਟ੍ਰੋਲਿੰਗ ਦੀ ਗੱਲ ਕੀਤੀ, ਹਿਊਮੈਨੀਟੇਰੀਅਨ ਮੈਥਡਸ, ਹਿਊਮੈਨਿਟੀ ਦੀ, ਮਤਲਬ ਹਰ ਐਂਗਲ ਤੋਂ ਉਹਨੇ ਕਵਰ ਕੀਤਾ ਹੈ ਕਿ ਸਪੋਰਟਸ ਪਰਸਨ ਕਿੱਦਾਂ ਦੇ ਹੋਣੇ ਚਾਹੀਦੇ ਨੇ, ਸਪੋਰਟਸ ਅਥਾਰਟੀਜ਼ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਔਰ ਦਰਸ਼ਕ ਵੀ ਕਿੱਦਾਂ ਦੇ ਹੋਣੇ ਚਾਹੀਦੇ ਨੇ, ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ। ਸੋ ਆਪਾਂ ਇਹਦੇ 'ਚ ਗੱਲ ਕਰਾਂਗੇ ਥੋੜ੍ਹੀ ਜਿਹੀ ਕਿ ਜਦੋਂ ਇੰਡੀਆ ਆਜ਼ਾਦ ਹੁੰਦਾ ਹੈ, ਹਾਕੀ ਦੀ ਮੈਂ ਗੱਲ ਕਰਨ ਲੱਗਾ, ਉਦੋਂ ਫਿਰ ਕਈ ਖਿਡਾਰੀ ਪਾਕਿਸਤਾਨ ਚਲੇ ਗਏ, ਕਈ ਖਿਡਾਰੀ ਇੰਡੀਆ ਆ ਗਏ, ਕਿਉਂਕਿ ਪਾਰਟੀਸ਼ਨ ਤੋਂ ਬਾਅਦ ਫਿਰ ਜਿਹੜੀ ਸਾਡੀ ਹਾਕੀ ਟੀਮ ਬਣੀ ਇੰਡੀਆ ਦੀ, ਉਹਨੇ ਇੰਗਲੈਂਡ 'ਚ ਜਾ ਕੇ ਇੰਗਲੈਂਡ ਨੂੰ ਹਰਾਇਆ ਔਰ ਗੋਲਡ ਮੈਡਲ ਜਿੱਤਿਆ, ਇਹ ਵੀ ਇੱਕ ਇਤਿਹਾਸ ਹੈ। ਔਰ ਮੇਹਰ ਚੰਦ, ਸੋਰੀ, ਧਿਆਨ ਚੰਦ ਜੀ ਸਾਹਮਣੇ ਆਉਂਦੇ ਨੇ, ਬਿਲਕੁਲ। ਸੋ ਉਹਨਾਂ ਦੀ ਜੋ ਹਾਕੀ ਦੀ ਟੈਕਨੀਕ, ਖੈਰ ਮੈਂ ਹਾਕੀ ਦੀ ਗੱਲ ਕਰਦਾ, ਇਹਦੇ 'ਚ ਆਪਾਂ ਹਾਕੀ ਦੀ ਪਰਫਾਰਮੈਂਸ ਦੀ ਗੱਲ ਕਰਾਂਗੇ, ਕਿਉਂਕਿ ਪੰਜਾਬ ਹਾਕੀ ਦੇ ਨਾਂ ਤੋਂ ਜਾਣਿਆ ਜਾਂਦਾ, ਸੋ ਕਿੱਦਾਂ ਦੀ ਪਰਫਾਰਮੈਂਸ ਰਹੀ ਹਾਕੀ ਦੀ? ਬਿਲਕੁਲ ਜੀ, ਹਾਕੀ ਦੇ ਵਿੱਚ ਜਿਹੜੀ ਪਰਫਾਰਮੈਂਸ ਹੈ ਆਪਾਂ ਪੂਰੀ ਟੀਮ ਦੀ ਬਹੁਤ ਜ਼ਬਰਦਸਤ ਰਹੀ ਹੈ, ਔਰ ਜੇ ਕੱਲੀ ਸਪੈਸੀਫਿਕ ਪੰਜਾਬ ਦੀ ਗੱਲ ਕਰੀਏ, 10 ਖਿਡਾਰੀਆਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ ਹੈ ਪੂਰੇ ਕੰਟਰੀ ਦੀ ਟੀਮ ਦੇ ਵਿੱਚ। ਔਰ ਜੇ ਮੈਂ ਕਪਤਾਨ ਸਾਹਿਬ ਦੀ ਗੱਲ ਕਰਾਂ, ਜਿਹਨਾਂ ਨੂੰ ਆਪਾਂ ਸਰਪੰਚ ਸਾਹਿਬ ਵੀ ਨਾਮ ਦਿੱਤਾ ਗਿਆ, ਬਹੁਤ ਜ਼ਬਰਦਸਤ ਪਰਫਾਰਮੈਂਸ ਰਹੀ ਹੈ, ਔਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਉਹਨਾਂ ਦੀ ਜੋ ਕੋਆਰਡੀਨੇਸ਼ਨ ਟੀਮ ਨਾਲ ਰਿਹਾ, ਕਿਉਂਕਿ ਹਾਕੀ ਜਾਂ ਬਾਕੀ ਸਪੋਰਟਸ ਜਿਹੜੀ ਟੀਮ ਸਪੋਰਟਸ ਹੈ ਉਹਦੇ 'ਚ ਤੁਹਾਡਾ ਕੋਆਰਡੀਨੇਸ਼ਨ ਬੜਾ ਜ਼ਰੂਰੀ ਹੈ, ਤੁਹਾਡਾ ਅੱਖਾਂ ਦਾ ਤਾਲਮੇਲ, ਤੁਹਾਡੇ ਇਸ਼ਾਰੇ, ਤੁਹਾਡੀ ਆਵਾਜ਼, ਹਰ ਚੀਜ਼ ਜਿਹੜੀ ਕਰਦੀ ਹੈ ਕਾਊਂਟ ਕਰਦੀ ਹੈ। ਔਰ ਕਪਤਾਨ ਸਾਹਿਬ ਨੇ ਔਰ ਵਾਈਸ ਕੈਪਟਨ ਨੇ ਪੂਰੀ ਜਿਹੜੀ ਤਨਦੇਹੀ ਦੇ ਨਾਲ, ਪੂਰੇ ਜ਼ੋਰ ਨਾਲ, ਇਹ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਸ਼ਾਸਨ ਦੀ, ਟੀਮ ਨੇ ਜਿਹੜਾ ਕੋਆਰਡੀਨੇਸ਼ਨ ਹੈ ਬਹੁਤ ਘੱਟ ਸਮੇਂ 'ਚ ਦੇਖਣ ਨੂੰ ਮਿਲਦਾ ਕਿ ਟੀਮਾਂ ਦੇ ਵਿੱਚ ਇੰਨਾ ਕੋਆਰਡੀਨੇਸ਼ਨ ਰਹੇ, ਔਰ ਸਾਡੇ ਗੋਲਕੀਪਰ ਸਾਹਿਬ ਜਿਹੜੇ ਨੇ ਉਹਨਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ, ਔਰ ਪਿਛਲੇ ਓਲੰਪਿਕਸ ਵੀ ਉਹਨਾਂ ਨੇ ਜਿਹੜਾ ਉਹਨਾਂ ਦੇ ਬਦੌਲਤ ਹੀ ਪਿਛਲੀ ਵਾਰ ਓਲੰਪਿਕ ਦੇ ਵਿੱਚ ਮੈਡਲ ਆਇਆ, ਇਸ ਵਾਰ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਪਰ ਮੈਂ ਜਿੱਥੇ ਨਾਲ ਦੀ ਨਾਲ ਇਹ ਵੀ ਗੱਲ ਕਰਾਂ ਕਿ ਪੂਰੀ ਟੀਮ ਜਿਹੜੀ ਹੈ ਓਵਰਆਲ ਟੀਮ ਹੈ ਉਹਨੇ ਮਤਲਬ ਬਹੁਤ ਵਧੀਆ ਪਰਫਾਰਮੈਂਸ ਕੀਤਾ, ਭਾਵੇਂ ਅਸੀਂ ਬ੍ਰੌਂਜ਼ ਮੈਡਲ ਹੀ ਜਿੱਤ ਪਾਏ ਹਾਂ, ਉਮੀਦ ਸੀਗੀ ਕਿ ਅਸੀਂ ਜਿਹੜਾ ਹੈਗਾ ਗੋਲਡ ਜਾਂ ਸਿਲਵਰ ਮੈਡਲ ਜਿੱਤੀਏ, ਲੇਕਿਨ ਟੀਮ ਦੇ, ਕਿਉਂਕਿ ਮੈਂ ਇਹ ਵੀ ਜ਼ਰੂਰ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਜਿਹੜੀ ਅੱਜ ਦੀ ਡੇਟ ਦੇ ਵਿੱਚ ਭਾਰਤੀ ਹਾਕੀ ਟੀਮ ਹੈ ਉਹਦੇ ਵਿੱਚ ਬਹੁਤ ਸਾਰੇ ਯੰਗ ਬੱਚੇ ਨੇ, ਬਹੁਤ ਯੰਗ ਪਲੇਅਰ ਨੇ, ਜਿਹੜੇ ਯੰਗ ਪਲੇਅਰ ਨੇ ਉਹ ਉਹਨਾਂ ਦਾ, ਕਿਉਂਕਿ ਵੱਡਾ ਈਵੈਂਟ ਹੈ ਓਲੰਪਿਕਸ, ਔਰ ਓਲੰਪਿਕਸ ਵੱਡੇ ਈਵੈਂਟ ਦੇ ਵਿੱਚ ਬਹੁਤ ਸਾਰਾ ਪ੍ਰੈਸ਼ਰ ਰਹਿੰਦਾ, ਔਰ ਇਹ ਪ੍ਰੈਸ਼ਰ ਹੁਣ ਤੁਸੀਂ ਜਿਹੜਾ ਝੇਲਿਆ, ਹੁਣ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਓਲੰਪਿਕਸ ਦੇ ਵਿੱਚ ਸਾਡੀ ਜਿਹੜੀ ਇਹੀ ਟੀਮ ਹੈ ਜਾਂ ਇਹਦੇ ਵਿੱਚ ਜਿਹੜੇ ਹੋਰ ਸਾਡੀ 20 ਟੀਮ ਟ੍ਰੇਨਿੰਗ ਕਰ ਰਹੀ ਆ ਉਹੀ ਟੀਮ ਦਾ ਪਾਰਟ ਬਣੇਗੀ,
ਔਰ ਕਪਤਾਨ ਸਾਹਿਬ ਤੋਂ ਵੀ ਜਿਹੜੇ ਗੁਰ ਲਊਗੀ, ਕਿਉਂਕਿ ਮੈਨੂੰ ਇਹ ਵੀ ਗੱਲ ਦੀ ਖੁਸ਼ੀ ਹੈ ਕਿ ਹਾਕੀ ਇੰਡੀਆ ਨੇ ਜਿਹੜੇ ਸਾਡੇ ਪੁਰਾਣੇ ਸਪੋਰਟਸਮੈਨ ਨੇ, ਜਿਹੜੇ ਓਲੰਪਿਕ ਮੈਡਲਿਸਟ ਨੇ ਜਾਂ ਇੰਟਰਨੈਸ਼ਨਲ ਮੈਡਲਿਸਟ, ਉਹਨਾਂ ਨੂੰ ਐਜ਼ ਏ ਕੋਚ ਵੀ ਉਹਨਾਂ ਨੇ ਸੇਵਾਵਾਂ ਲਈਆਂ ਨੇ, ਕਿਉਂਕਿ ਉਹਨਾਂ ਦੀ ਟੈਕਨੀਕ ਆਪਣੀ ਟੈਕਨੀਕ ਹੈ। ਇਹਦੇ ਵਿੱਚ ਕੋਈ ਦੋਰਾਏ ਨਹੀਂ ਕਿ ਕਪਤਾਨ ਸਾਹਿਬ ਨੇ ਜਿੱਥੇ ਆਪਣੇ ਕਪਤਾਨੀ ਦਾ ਰੋਲ ਬਹੁਤ ਅਦਾ ਕੀਤਾ, ਨਾਲ ਦੀ ਨਾਲ ਉਹਨਾਂ ਨੇ ਇੱਕ ਚੰਗੇ ਖਿਡਾਰੀ ਹੋਣ ਦਾ ਵੀ ਸਬੂਤ ਦਿੱਤਾ। ਇਸੇ ਕਰਕੇ ਭਾਰਤੀ ਹਾਕੀ ਟੀਮ ਨੇ ਭਾਰਤ ਨੂੰ ਬਰੋਂਜ ਮੈਡਲ ਦਿਵਾਇਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ, ਮੈਨੂੰ ਆਸ ਹੈ ਬੀਂਗ ਏ ਸਪੋਰਟਸਮੈਨ ਕਿ ਭਾਰਤੀ ਹਾਕੀ ਟੀਮ ਹੋਰ ਵੱਡੇ ਜਿਹੜੇ ਮੈਡਲ ਜਿੱਤੇਗੀ। ਸ਼ੋਰ ਜ਼ਰੂਰ ਜਿੱਤੇਗੀ। ਅੱਛਾ ਇੱਕ ਨਾ ਮੈਂ ਇੱਕ ਜਿੱਦਾਂ ਆਪਾਂ ਬੈਰੋਮੀਟਰ ਰੱਖੀਦਾ, ਇੱਕ ਥਰਮਾਮੀਟਰ ਰੱਖੀਦਾ, ਪੈਮਾਨਾ ਜੀ, ਧਿਆਨ ਚੰਦ ਜੀ ਨੂੰ ਮੈਂ ਰੱਖਦਾ ਹਾਂ ਜੀ। ਧਿਆਨ ਚੰਦ ਜੀ ਦੇ ਐਂਗਲ ਤੋਂ ਆਪਾਂ ਸਾਰੇ ਸਪੋਰਟਸਮੈਨ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਹਰ ਗੇਮ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ, ਬਿਲਕੁਲ, ਮਤਲਬ ਲੱਗਦਾ ਸੀ ਕਿ ਹਾਕੀ ਦੀ ਗੇਂਦ ਉਹਨਾਂ ਦੀ ਹਾਕੀ ਦੇ ਨਾਲ ਹੀ ਚਿਪਕੀ ਹੋਈ ਹੈ, ਹਟਦੀ ਹੋਈ ਨਹੀਂ। ਇੱਦਾਂ ਦੇ ਪਲੇਅਰ ਮਿਲਖਾ ਸਿੰਘ ਜੀ ਜਿਸ ਤਰ੍ਹਾਂ ਦੌੜਾਕ ਨੇ, ਇਸ ਤਰ੍ਹਾਂ ਦੇ ਪਲੇਅਰ ਜੇ ਆਪਾਂ ਇਹਨਾਂ ਨੂੰ ਸਾਹਮਣੇ ਰੱਖੀਏ, ਉਸ ਲੈਵਲ ਦੀ ਪਰਫਾਰਮੈਂਸ ਦੇਣ ਵਾਲੇ ਖਿਡਾਰੀ ਸਾਡੇ ਕੋਲ ਹੈਗੇ ਨੇ, ਉਹ ਡੈਡੀਕੇਸ਼ਨ, ਉਹ ਸਮਰਪਣ, ਉਹਨਾਂ ਕੋਲ ਤਾਂ ਇੰਨੀਆਂ ਫੈਸਿਲਿਟੀਆਂ ਵੀ ਨਹੀਂ ਸੀ, ਅੱਜ ਦੇ ਸਭ ਕੁਝ ਹੈ। ਬਿਲਕੁਲ ਬਿਲਕੁਲ। ਪਰ ਮੈਂ ਬਿਲਕੁਲ ਖਾਨਾ ਸਾਹਿਬ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਅੱਜ, ਮੈਂ ਇਹ ਵੀ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ, ਜਿਹੜੇ ਪੇਰੈਂਟਸ ਸੁਣ ਰਹੇ ਨੇ, ਦਰਸ਼ਕ ਸੁਣ ਰਹੇ ਨੇ, ਕਿ ਜਿੱਦਾਂ ਤੁਸੀਂ ਮੇਜਰ ਧਿਆਨ ਚੰਦ ਜੀ ਦਾ ਨਾਮ ਲਿਆ, ਤੁਸੀਂ ਸਰਦਾਰ ਮਿਲਖਾ ਸਿੰਘ ਦਾ ਨਾਮ ਲਿਆ, ਪਦਮਸ਼੍ਰੀ ਮਿਲਖਾ ਸਿੰਘ ਜੀ ਦਾ, ਪੀ ਟੀ ਊਸ਼ਾ ਜੀ ਨੇ, ਹੋਰ ਵੱਡੇ ਖਿਡਾਰੀ ਜਿਵੇਂ ਪੰਜਾਬ ਦੀ ਮਹਿਤੀ ਮਨਦੀਪ ਕੌਰ, ਜਿਨ੍ਹਾਂ ਦਾ 3 ਏਸ਼ੀਅਨ ਗੇਮ 'ਚ ਗੋਲਡ ਹੈ, ਕਾਮਨਵੈਲਥ ਵਿੱਚ ਗੋਲਡ, ਓਲੰਪਿਕ ਦੇ ਵਿੱਚ ਇੰਡੀਆ ਨੂੰ ਉਹਨਾਂ ਨੇ ਰਿਪ੍ਰਜੈਂਟ ਕਰਿਆ, ਇਹ ਸਾਰੇ ਜਿਹੜੇ ਵੱਡੇ ਖਿਡਾਰੀ ਨੇ ਹਾਕੀ ਦੇ ਵਿੱਚ ਲਾ ਲਓ, ਬਾਕੀ ਗੇਮਾਂ 'ਚ ਵੀ ਲਾ ਲਓ, ਇਹ ਮੈਂ ਤਾਂ ਇਹ ਕਹਿੰਦਾ ਕਿ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਆਪਣੀ ਤਸਵੀਰ ਆਪਣੇ ਮਨ 'ਚ ਵਸਾਉਣ ਦੀ ਲੋੜ ਹੈ। ਮਿਲਖਾ ਸਿੰਘ ਨੇ ਬਹੁਤ ਘਾਲਣਾ ਘਾਲ ਕੇ ਇਸ ਜਗ੍ਹਾ 'ਤੇ ਪਹੁੰਚੇ ਨੇ। ਮੇਜਰ ਧਿਆਨ ਚੰਦ ਜਿਵੇਂ ਤਾਂ ਤੁਸੀਂ ਫੈਸਿਲਿਟੀ ਗੱਲ ਕੀਤੀ ਹੈ, ਮੇਜਰ ਧਿਆਨ ਚੰਦ ਜੀ ਹੋਣ, ਚਾਹੇ ਮਿਲਖਾ ਸਿੰਘ ਜੀ ਹੋਣ ਜਾਂ ਪੀ ਟੀ ਊਸ਼ਾ ਜੀ ਹੋਣ ਜਾਂ ਬਾਕੀ ਖਿਡਾਰੀ ਖਿਡਾਰਨ ਹੋਣ, ਉਹਨਾਂ ਨੂੰ ਉੰਨੀ ਫੈਸਿਲਿਟੀ ਨਹੀਂ ਸੀ ਮਿਲਦੀ ਜਿੰਨੀ ਅੱਜ ਮਿਲਦੀ। ਲੇਕਿਨ ਮੈਨੂੰ ਇਹ ਗੱਲ ਦੀ ਉਮੀਦ ਹੈ ਕਿ ਭਾਰਤ ਸਰਕਾਰ ਬਹੁਤ ਐਫਰਟਸ ਕਰ ਰਹੀ ਹੈ, ਚਾਹੇ ਉਹ ਮਿਨਿਸਟਰੀ ਸਾਡੀ ਹੋਵੇ, ਚਾਹੇ ਉਹ ਖੇਡ ਫੈਡਰੇਸ਼ਨ ਹੋਣ, ਉਹ ਆਪਣੇ ਵੱਲੋਂ ਪੂਰੀ ਐਫਰਟਸ ਕਰ ਰਹੀਆਂ ਨੇ ਕਿ ਜਿਹੜੇ ਬੱਚੇ ਨੇ ਆਉਣ। ਪਰ ਮੈਂ ਜ਼ਰੂਰ ਤੁਹਾਡੇ ਮਾਧਿਅਮ ਨਾਲ ਦਰਸ਼ਕਾਂ ਦੱਸਾਂਗਾ ਕਿ ਆਪਣੇ ਮਨ 'ਚ ਵਸਾਉਣ ਦੀ ਲੋੜ ਹੈ। ਮਿਲਖਾ ਸਿੰਘ ਉਹਨਾਂ ਦਾ ਜੇ ਤੁਸੀਂ ਕਰੈਕਟਰ ਪੜ੍ਹੋ, ਕਿਉਂਕਿ ਮੈਂ ਤਾਂ ਪਰਸਨਲ ਸੰਗਤ ਕੀਤੀ ਉਹਨਾਂ ਦੀ, ਮੈਂ ਉਹਨਾਂ ਨੂੰ ਪਰਸਨਲੀ ਬਹੁਤ ਵਾਰੀ ਮਿਲਿਆ, ਅਤੇ ਉਹਨਾਂ ਨੇ ਇਹ ਗੱਲ ਆਪਣੇ ਮੂੰਹ ਵੀ ਜ਼ਿਕਰ ਕੀਤਾ ਕਿ ਜਿਹੜੀ ਮਿਹਨਤ ਉਹ ਜਾਇਆ ਨਹੀਂ ਜਾਂਦੀ। ਔਰ ਮੈਨੂੰ ਬਾਕਰ ਜੀ ਨੇ ਵੀ ਇਹ ਗੱਲ ਆਪਣੇ ਮੀਡੀਆ ਦੇ ਇੰਟਰੈਕਸ਼ਨ 'ਚ ਕਿਹਾ ਕਿ ਮਿਹਨਤ ਜਾਇਆ ਨਹੀਂ ਜਾਂਦੀ। ਸੋ ਮਿਹਨਤ ਜਿਹੜੀ ਆ ਇਸ ਐਂਗਲ 'ਤੇ ਹੋਣੀ ਚਾਹੀਦੀ ਹੈ ਕਿ ਜੇ ਤੁਸੀਂ ਟ੍ਰੇਨਿੰਗ ਕਰ ਰਹੇ ਆ ਤਾਂ ਸਾਡੇ ਨੂੰ ਖੂਨ ਦੀ ਉਲਟੀਆਂ ਆਉਣੀਆਂ ਚਾਹੀਦੀਆਂ ਨੇ, ਤਾਂ ਜਾ ਕੇ ਤੁਸੀਂ ਉਸ ਲੈਵਲ 'ਤੇ, ਜੇ ਅੱਜ ਆਪਾਂ ਗੱਲ ਓਲੰਪਿਕਸ ਦੀ ਕਰ ਰਹੇ ਹਾਂ ਤਾਂ ਉਹ ਲੈਵਲ ਉਸ ਲੈਵਲ ਦਾ ਆ ਵੀ ਅਸੀਂ ਇੰਨੇ ਆਪਣੇ ਆਪ ਨੂੰ ਸਰੀਰ ਨੂੰ ਪਰਪੱਕ ਕਰ ਲਈਏ, ਇੰਨਾ ਐਕਟਿਵ ਤਾਕਤਵਰ ਬਣਾ ਲਈਏ ਕਿ ਅਸੀਂ ਪੂਰੀ ਦੁਨੀਆ ਨਾਲ ਟੱਕਰ ਲੈਣੀ। ਖੂਨ ਦੀਆਂ ਉਲਟੀਆਂ, ਬੜਾ ਖਤਰਨਾਕ ਸ਼ਬਦ ਹੈ, ਕਿਉਂਕਿ ਇਹ ਸਪੋਰਟਸ ਦੇ ਵਿੱਚ ਆਮ ਹੈ ਜੀ, ਮਤਲਬ ਇਸ ਲੈਵਲ ਦੀ, ਇਸ ਲੈਵਲ। ਮੈਨੂੰ ਯਾਦ ਆ ਗਿਆ ਜਿਹੜਾ ਪੁਰਾਣੇ ਸਪਾਰਟਨਸ ਹੁੰਦੇ ਸੀ ਨਾ, ਸਪਾਰਟਾ ਸ਼ਹਿਰ, ਉਹਦੇ 'ਚ ਜਿਹੜੇ ਸੈਨਿਕ ਹੁੰਦੇ ਸੀ ਉਹਨਾਂ ਵਾਸਤੇ ਸ਼ਬਦਾਵਲੀ ਇਸਤੇਮਾਲ ਹੁੰਦੀ ਸੀ ਕਿ ਇੱਦਾਂ ਦਾ ਸਾਨੂੰ ਚਾਹੀਦਾ ਕਿ ਉਹ ਕਿਲਿੰਗ ਮਸ਼ੀਨ ਹੋਵੇ, ਮਤਲਬ ਕਿਉਂਕਿ ਜਿੰਨਾ ਤੱਕ ਅਸੀਂ ਕਿਸੇ ਚੀਜ਼ ਨੂੰ ਜਜ਼ਬੇ ਨਾਲ ਨਹੀਂ ਕਰਾਂਗੇ, ਜਿੰਨਾ ਤੱਕ ਇਹ ਸੋਚ ਲੈ ਕੇ ਚਾਹਾਂਗੇ ਕਿ ਦੁਨੀਆ ਦੇ 200 ਮੁਲਕ ਓਲੰਪਿਕਸ ਵਰਗੇ ਇਵੈਂਟ ਦੇ ਵਿੱਚ ਭਾਰਤ ਨੂੰ ਦੇਖ ਰਹੇ ਨੇ, ਜੇ ਉਹ ਡੈਡੀਕੇਸ਼ਨ ਪੈਦਾ ਤਾਂ ਹੀ ਹੋਣੀ ਹੈ ਵੀ ਜੇ ਤੁਸੀਂ ਇਹ ਗੱਲ ਕਹੋਗੇ ਜਾਂ ਇਹ ਗੱਲ ਮਨ 'ਚ ਵਸਾਓਗੇ ਵੀ ਅਸੀਂ ਖੂਨ ਦੀਆਂ ਉਲਟੀਆਂ ਕਰਕੇ ਟ੍ਰੇਨਿੰਗ ਕਰਨੀ, ਕਿਉਂਕਿ ਟ੍ਰੇਨਿੰਗ ਬੜਾ ਇੰਪੋਰਟੈਂਟ ਪਾਰਟ, ਬਹੁਤ ਇੰਪੋਰਟੈਂਟ ਆ, ਟ੍ਰੇਨਿੰਗ ਹੀ ਤਾਂ ਸਭ ਕੁਝ, ਟ੍ਰੇਨਿੰਗ ਸਭ ਕੁਝ। ਅਸੀਂ ਫਾਈਨਲ ਪ੍ਰੋਡਕਟ ਦੇਖਦੇ ਹਾਂ, ਸਚਿਨ ਤੇਂਦੁਲਕਰ, ਮਿਲਖਾ ਸਿੰਘ, ਹਾਂ ਬਿਲਕੁਲ ਬਿਲਕੁਲ, ਲੇਕਿਨ ਬਣੇ ਹੋਏ ਪ੍ਰੋਡਕਟ ਹੈ, ਲੇਕਿਨ ਉਹਨਾਂ ਦਾ ਜਿਹੜਾ ਪ੍ਰੋਸੈਸ ਆ ਉਹ ਬੜਾ ਖਤਰਨਾਕ ਹੈ। ਤੁਸੀਂ ਹਰਜੀਤਾ, ਜਿਹੜਾ ਹਰਜੀਤ ਸਿੰਘ ਜਿਹੜਾ ਮੁੰਡਾ ਹਾਕੀ ਦਾ ਜੂਨੀਅਰ ਦਾ ਕਪਤਾਨ ਰਿਹਾ, ਤੁਸੀਂ ਉਹਦੀ ਸਟੋਰੀ ਦੇਖੀ ਹੋਣੀ ਹੈ ਫਿਲਮ ਦੇ ਵਿੱਚ, ਉਹ ਅਸਲ 'ਚ ਹਕੀਕਤ ਇਹੀ ਹੈ,
ਪਿੰਡਾਂ ਦੇ ਵਿੱਚ ਅਸੀਂ ਵੀ ਆਏ ਹਾਂ, ਤੁਸੀਂ ਵੀ ਸਾਰੇ, ਆਪਾਂ ਸਾਰੇ ਪਿੰਡਾਂ ਤੋਂ ਹੀ ਹਾਂ ਜੀ। ਔਰ ਇਹ ਫੈਸਿਲਿਟੀ ਜਿਹੜੀ ਅੱਜ ਤਾਂ ਸਰਕਾਰਾਂ, ਸਟੇਟ ਸੈਂਟਰ ਜਿਹੜਾ ਬਹੁਤ ਆਪਣੇ ਵੱਲ ਐਫਰਟ ਕਰਦਾ, ਲੇਕਿਨ ਉਹਨਾਂ ਦਿਨਾਂ ਦੇ ਵਿੱਚ ਤਾਂ ਸਾਰਾ ਕੁਛ ਆਪ ਹੀ ਆਪਣੇ ਰਿਸੋਰਸਿਸ ਨਾਲ ਹੀ ਤੁਹਾਨੂੰ ਕਰਨਾ ਪੈਂਦਾ। ਐਗਜੈਕਟਲੀ, ਮੈਂ ਸਪਾਰਟਾ ਦੀ ਸਪਾਰਟਨਸ ਦੀ ਗੱਲ ਤਾਂ ਕੀਤੀ ਕਿਉਂਕਿ ਓਲੰਪਿਕਸ ਉਹਨਾਂ ਨਾਲ ਜੁੜੀਆਂ ਹੋਈਆਂ, ਓਲੰਪਿਕਸ ਉਹਨਾਂ ਜੁੜੀਆਂ, ਉੱਥੋਂ ਹੀ ਤੁਰਦੀਆਂ ਨੇ, ਰੋਮ ਵਗੈਰਾ ਸਾਰਾ ਉੱਥੋਂ ਹੀ ਨਿਕਲਦਾ। ਸੋ ਆਪਾਂ ਪ੍ਰੋਸੈਸ ਦੀ ਗੱਲ ਕੀਤੀ ਸੀ, ਅੱਜ ਦੇ ਜ਼ਮਾਨੇ ਦੇ ਵਿੱਚ ਅਤੇ ਪੁਰਾਣੇ ਖਿਡਾਰੀਆਂ ਦੇ ਜ਼ਮਾਨੇ ਦੇ ਵਿੱਚ ਪ੍ਰੋਸੈਸ ਦੇ ਵਿੱਚ ਕੀ ਬਦਲਾਅ ਆਏ ਨੇ, ਕਿੱਦਾਂ ਖਿਡਾਰੀਆਂ ਨੂੰ ਤਿਆਰ ਕੀਤਾ ਜਾਂਦਾ? ਆਪਾਂ ਕਿਹਾ ਕਿ ਸਰੀਰਕ ਤੌਰ 'ਤੇ ਵੀ ਉਹਨਾਂ ਨੂੰ ਤੰਦਰੁਸਤ ਹੋਣਾ ਚਾਹੀਦਾ, ਮਾਨਸਿਕ ਤੌਰ 'ਤੇ ਵੀ ਹੋਣਾ ਚਾਹੀਦਾ, ਸਾਈਕੋਲੋਜੀਕਲੀ ਵੀ ਸਟਰੋਂਗ ਹੋਣਾ ਚਾਹੀਦਾ। ਸੋ ਪ੍ਰੋਸੈਸ ਕੀ ਹੈ ਅੱਜ? ਦੇਖੋ ਜੀ, ਅੱਜ ਦੀ ਡੇਟ ਦੇ ਵਿੱਚ ਮੈਂ ਜੇ ਮੈਂ ਖੇਲੋ ਇੰਡੀਆ ਦੀ ਗੱਲ ਕਰਾਂ ਤਾਂ ਮਿਨਿਸਟਰੀ ਆਫ ਸਪੋਰਟਸ ਦਾ ਬਹੁਤ ਵੱਡਾ ਇਨੀਸ਼ੀਏਟਿਵ ਹੈ ਕਿ ਖੇਲੋ ਇੰਡੀਆ ਦੇ ਮਾਧਿਅਮ ਨਾਲ ਜਿਹੜੇ ਹੈਗੇ ਨੇ ਪੂਰੇ ਦੇਸ਼ ਦੇ ਵਿੱਚ ਅਸੀਂ ਬੱਚਿਆਂ ਨੂੰ, ਵਿਸ਼ੇਸ਼ ਤੌਰ 'ਤੇ ਬੱਚਿਆਂ ਨੂੰ, ਮਹਿਲਾਵਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ। ਮੈਂ ਸਾਈਕਲਿੰਗ ਦੀ ਗੱਲ ਕਰਾਂ, ਪਿਛਲੇ ਦਿਨੀ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਮਿਨਿਸਟਰੀ ਆਫ ਸਪੋਰਟਸ ਗਵਰਨਮੈਂਟ ਆਫ ਇੰਡੀਆ ਨੇ ਖੇਲੋ ਇੰਡੀਆ ਵਿਮੈਨ ਲੀਗ ਕਰਵਾਈ। ਉਹਦਾ ਮਕਸਦ ਸਿਰਫ ਇਹ ਸੀਗਾ ਕਿ ਪੂਰੇ ਨੌਰਥ ਜ਼ੋਨ ਜਾਂ ਸਾਊਥ ਜ਼ੋਨ, ਸਾਰੇ ਪੂਰੇ ਦੇਸ਼ ਨੂੰ ਕਈ ਜ਼ੋਨਾਂ 'ਚ ਵੰਡਤਾ, ਉਸ ਤੋਂ ਬਾਅਦ ਉਹਨਾਂ ਦੇ ਜ਼ੋਨ ਕਰਾਏ, ਉਸ ਤੋਂ ਬਾਅਦ ਅਸੀਂ ਨੈਸ਼ਨਲ 'ਚ ਈਵੈਂਟ ਕਰਾਇਆ। ਉਹਦਾ ਮਕਸਦ ਇਹ ਸੀਗਾ ਕਿ ਜਿਹੜੀਆਂ ਮਹਿਲਾਵਾਂ ਨੇ ਉਹ ਵੀ ਸਪੋਰਟਸ ਦੇ ਨਾਲ ਜੁੜਨ। ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਇੱਦਾਂ ਦਾ ਕੋਈ ਵੀ ਐਸਾ ਮੋਟਿਵ ਨਹੀਂ ਸੀ ਹੁੰਦਾ, ਜਿਵੇਂ ਸਟੇਟ ਆਪਣੇ ਲੈਵਲ 'ਤੇ ਖੇਡਾਂ ਕਰਾਉਂਦੀ ਹੈ ਜਾਂ ਸੈਂਟਰ ਆਪਣੇ ਲੈਵਲ 'ਤੇ ਈਵੈਂਟਸ ਕਰਾਉਂਦੀ ਹੈ, ਕਿਉਂਕਿ ਡਿਸਟ੍ਰਿਕਟ, ਸਟੇਟ ਅਤੇ ਨੈਸ਼ਨਲ ਅਤੇ ਇੰਟਰਨੈਸ਼ਨਲ, ਇਹ ਤਾਂ ਰੂਟੀਨ 'ਚ ਹੀ ਚੱਲ ਰਿਹਾ। ਔਰ ਇਹਦੇ ਵਿੱਚ ਹੁਣ ਜਿਹੜਾ ਬਦਲਾਵ ਆ ਰਿਹਾ, ਜਿਵੇਂ ਖੇਲੋ ਇੰਡੀਆ ਨਵਾਂ ਕੰਸੈਪਟ ਸਾਡੇ 'ਚ ਆ ਗਿਆ, ਉਹਦੇ ਨਾਲ ਕਿਹਾ ਇੱਕ ਤਾਂ ਬੱਚਿਆਂ ਨੂੰ ਜਿਹੜਾ ਹੈਗਾ ਈਵੈਂਟ ਦਾ, ਕੰਪੀਟੀਸ਼ਨ ਦਾ ਐਕਸਪੋਜ਼ਰ ਮਿਲ ਗਿਆ, ਕਿਉਂਕਿ ਜਿੰਨਾ ਜ਼ਿਆਦਾ ਅਸੀਂ ਕੰਪੀਟੀਸ਼ਨ ਖੇਡਾਂਗੇ, ਪੁਰਾਣੇ ਟਾਈਮ 'ਚ ਕੰਪੀਟੀਸ਼ਨ ਨਹੀਂ ਸੀ ਹੁੰਦੇ, ਬਹੁਤ ਘੱਟ ਕੰਪੀਟੀਸ਼ਨ ਹੋਈ, ਰਟੇ ਰਟਾਏ ਤੁਸੀਂ ਸਟੇਟ ਖੇਡ ਲਓ ਜੀ, ਤੁਸੀਂ ਨੈਸ਼ਨਲ ਖੇਡ ਲਓ ਜੀ, ਉਸ ਤੋਂ ਬਾਅਦ ਜੇ ਕੋਈ ਚੰਗਾ ਪਲੇਅਰ ਹੈ ਤਾਂ ਜੀ ਇੰਟਰਨੈਸ਼ਨਲ ਜਾ ਸਕਦਾ। ਲੇਕਿਨ ਅੱਜ ਦੀ ਡੇਟ ਦੇ ਵਿੱਚ ਸਾਡੇ ਫੈਡਰੇਸ਼ਨ ਜਿਹੜੀਆਂ ਨੇ ਉਹ ਇੰਟਰਨੈਸ਼ਨਲ ਐਕਸਪੋਜ਼ਰ ਦਿੰਦੀਆਂ ਬੱਚਿਆਂ ਨੂੰ, ਉਹ ਉੱਥੋਂ ਹੀ ਲੈਂਦੇ ਨੇ, ਜਿਵੇਂ ਹੁਣ ਖੇਲੋ ਇੰਡੀਆ 'ਚ ਬੱਚਾ ਮੈਡਲ ਲੈ ਕੇ ਆਇਆ ਜਾਂ ਉਹਨੇ ਨੈਸ਼ਨਲ ਚੈਂਪੀਅਨਸ਼ਿਪ ਅੱਛਾ ਪਰਫੋਰਮ ਕੀਤਾ, ਫਿਰ ਉਹ ਵਿਦੇਸ਼ ਦੇ ਵਿੱਚ ਲੰਮੇ ਸਮੇਂ ਲਈ ਟ੍ਰੇਨਿੰਗ ਕਰਦੇ ਨੇ, ਉਹਨਾਂ ਦੀ ਤਿਆਰੀ ਵਰਲਡ ਕੱਪ ਲਈ, ਏਸ਼ੀਅਨ ਚੈਂਪੀਅਨਸ਼ਿਪ ਲਈ, ਕਾਮਨਵੈਲਥ ਗੇਮਸ ਲਈ ਜਾਂ ਓਲੰਪਿਕਸ ਵਾਸਤੇ ਕੀਤੀ ਜਾਂਦੀ ਹੈ। ਸੋ ਕਾਫੀ ਫਰਕ ਆਇਆ ਪੁਰਾਣੇ ਸਮੇਂ ਤੇ ਨਵੇਂ ਦੇ ਫਰਕ, ਨਵੇਂ ਦੇ ਵਿੱਚ ਕਾਫੀ ਫਰਕ ਆਇਆ ਹੈ। ਔਰ ਇਹਦੇ 'ਚ ਤੁਸੀਂ ਡਾਇਟ ਦੀ ਗੱਲ ਕੀਤੀ ਕਿ ਕਿੱਦਾਂ ਦਾ ਭੋਜਨ ਖਾਣਾ ਚਾਹੀਦਾ ਸਪੋਰਟਸ ਪਰਸਨ ਨੂੰ ਜੀ, ਇਹਦੇ 'ਚ ਤੁਸੀਂ ਮਾਨਸਿਕ ਹਾਲਤ, ਮਾਨਸਿਕ ਸਿਹਤ ਦੀ ਗੱਲ ਕੀਤੀ, ਦੋਵੇਂ ਚੀਜ਼ ਆਪਾਂ ਕੰਪਲੀਟ ਕੀਤੀ। ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਜੀ, ਖੇਡ ਦਾ ਮੈਦਾਨ ਹੈ, ਵੱਖ ਵੱਖ ਥਾਵਾਂ ਤੋਂ ਖਿਡਾਰੀ ਆਏ ਹੋਏ ਨੇ, ਓਲੰਪਿਕਸ ਦੇ ਵਿੱਚ ਵੀ ਇੱਦਾਂ, ਚਾਹੇ ਨੈਸ਼ਨਲ ਗੇਮਸ ਹੋਣ, ਸਟੇਟ ਹੋਵੇ, ਓਲੰਪਿਕਸ ਹੋਵੇ, ਵਰਲਡ ਗੇਮਸ ਹੋਣ, ਵੱਖ ਵੱਖ ਦੇਸ਼ਾਂ ਦੇ ਲੋਕ, ਵੱਖ ਵੱਖ ਭਾਸ਼ਾਵਾਂ ਦੇ ਲੋਕ, ਵੱਖ ਵੱਖ ਜਾਤਾਂ, ਧਰਮਾਂ, ਬੋਲੀਆਂ ਦੇ ਲੋਕ, ਵੱਖ ਵੱਖ ਇਲਾਕਿਆਂ ਦੇ ਲੋਕ, ਉੱਥੇ ਮਾਨਸਿਕਤਾ ਕਿੱਦਾਂ ਦੀ ਚਾਹੀਦੀ ਹੈ? ਕਈਆਂ ਨੂੰ ਨਾ ਬੜਾ ਸੁਪੀਰੀਓਰਿਟੀ ਕੰਪਲੈਕਸ ਹੁੰਦਾ, ਮੈਂ ਮੇਰੇ ਵਰਗਾ ਕੋਈ, ਦੂਜਾ ਮੇਰੇ ਤੋਂ ਨੀਵਾਂ ਹੈ, ਮੈਂ ਉੱਤੇ। ਇਹ ਇੱਦਾਂ ਦੇ ਦਿਮਾਗ ਵਾਲਿਆਂ ਦਾ ਇਲਾਜ ਹੁੰਦਾ ਹੈ ਸਪੋਰਟਸ ਅਥਾਰਟੀ ਵੱਲੋਂ ਕਿ ਸਪੋਰਟਸ ਪਰਸਨ ਨੂੰ ਇੱਦਾਂ ਦੀ ਸੋਚ ਦਾ ਨਹੀਂ ਹੋਣਾ ਚਾਹੀਦਾ, ਸਾਰੇ ਬਰਾਬਰ ਨੇ, ਸੰਵਿਧਾਨ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਇੱਦਾਂ ਦੀ ਸੋਚ ਰੱਖੋ ਜੀ। ਇਹ ਕੀ ਕਰਦੇ ਨੇ? ਬਿਲਕੁਲ ਜੀ, ਦੇਖੋ ਓਲੰਪਿਕਸ ਦਾ ਮੋਟੋ ਵੀ ਇਹੀ ਹੈ ਔਰ ਭਾਰਤ ਸਰਕਾਰ ਦੇ ਜਿਹੜੀਆਂ ਖੇਡ ਫੈਡਰੇਸ਼ਨਸ ਨੇ ਉਹਨਾਂ ਦਾ ਵੀ ਮੋਟੋ ਇਹੀ ਹੈ ਵੀ ਆਪਾਂ ਜਾਤ ਪਾਤ ਧਰਮ ਤੋਂ ਉੱਠ ਕੇ, ਕਿਉਂਕਿ ਸਪੋਰਟਸਮੈਨ ਦਾ ਕੋਈ ਜਾਤ ਨਹੀਂ, ਕੋਈ ਧਰਮ ਨਹੀਂ, ਉਹਦੇ ਵਾਸਤੇ ਖੇਡ ਆਪਣੀ ਸਭ ਤੋਂ ਇੰਪੋਰਟੈਂਟ ਹੈ। ਸੋ ਕਿਤੇ ਨਾ ਕਿਤੇ ਇੱਦਾਂ ਦੀ ਗੱਲ ਹੋਈ ਹੋਏਗੀ, ਪਰ ਜਨਰਲੀ ਇੱਦਾਂ ਦਾ ਨਹੀਂ ਹੁੰਦਾ, ਕਿਉਂਕਿ ਖੇਡ ਫੈਡਰੇਸ਼ਨਾਂ ਵੱਲੋਂ ਇਸ ਗੱਲ ਲਈ ਪੂਰੀ ਸਖਤੀ ਰੱਖੀ ਜਾਂਦੀ ਹੈ ਵੀ ਇੱਦਾਂ ਦੀ ਕੋਈ ਕ੍ਰੀਏਸ਼ਨ ਨਾ ਲੱਗੇ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਮੇਰੀ ਆਪਣੀ ਸਪੋਰਟਸ ਕੈਰੀਅਰ 'ਚ ਮੇਰੀ ਪੰਜਾਬ ਵਾਲੇ ਘੱਟ, ਮੇਰੇ ਦੋਸਤ ਰਹੇ ਨੇ ਕੋਈ ਕੇਰਲਾ ਦਾ, ਕਰਨਾਟਕਾ ਦਾ, ਰਾਜਸਥਾਨ ਦਾ, ਮਹਾਰਾਸ਼ਟਰ ਦਾ, ਔਰ ਅਸੀਂ ਕਦੇ ਵੀ ਉਹ ਇੱਦਾਂ ਲੱਗਿਆ ਹੀ ਨਹੀਂ ਸਾਨੂੰ ਕਿ ਅਸੀਂ ਜਿਹੜਾ ਹੈਗਾ ਕਿ ਕਿਸੇ ਹੋਰ ਸਟੇਟ ਦਾ ਬੰਦਾ ਹੈ, ਕਿਉਂਕਿ ਅਸੀਂ ਇੱਕ ਪਰਿਵਾਰ ਵਾਂਗੂ, ਔਰ ਅੱਜ ਵੀ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਮੀਡੀਆ ਦੇ ਮਾਧਿਅਮ ਰਾਹੀਂ ਕਿ ਅੱਜ ਵੀ ਅਸੀਂ ਉਵੇਂ ਵਰਤਦੇ ਹਾਂ ਜਿਵੇਂ 2001 ਦੇ ਵਿੱਚ ਵਰਤਦੇ ਸੀਗੇ, ਚਾਹੇ ਕੋਈ ਮਹਾਰਾਸ਼ਟਰ 'ਚ ਭਰਾ ਬੈਠਾ, ਚਾਹੇ ਕੋਈ ਕੇਰਲਾ 'ਚ ਬੈਠਾ। ਸੋ ਇਹ ਜਾਤ ਧਰਮ ਪਾਤ ਜਿਹੜਾ ਇਹ ਨਹੀਂ ਹੋਣਾ ਚਾਹੀਦਾ, ਔਰ ਸਪੋਰਟਸ ਦੇ ਵਿੱਚ ਇਸ ਗੱਲ ਦੀ ਸਖਤ ਮਨਾਹੀ ਵੀ ਹੈ। ਔਰ IOC ਜਿਹੜਾ ਇੰਟਰਨੈਸ਼ਨਲ ਓਲੰਪਿਕ ਕਮੇਟੀ ਹੈ, ਉਹ ਇਸ ਨਕਸਲ ਭੇਦ ਲਈ, ਜਾਤ ਪਾਤ ਲਈ ਤਾਂ ਬਹੁਤ ਸਟ੍ਰਿਕਟ ਹੈ,
ਔਰ IOA ਇੰਡੀਅਨ ਓਲੰਪਿਕ ਐਸੋਸੀਏਸ਼ਨ ਜਾਂ ਸਟੇਟ ਐਸੋਸੀਏਸ਼ਨ ਉਹ ਇਹਨੂੰ ਪੂਰਾ ਸਟ੍ਰਿਕਟ ਲੈਂਦੀਆਂ ਨੇ ਵੀ ਇੱਦਾਂ ਦਾ ਕੋਈ ਵੀ ਕੰਮ ਨਹੀਂ ਹੋਣਾ ਚਾਹੀਦਾ। ਯਾ ਜਿੱਦਾਂ ਮੈਂ ਸਟਾਰਟਿੰਗ 'ਚ ਨਿਊਯਾਰਕ ਟਾਈਮਸ ਦੀ ਗੱਲ ਕੀਤੀ, ਅਮੈਰੀਕਾ ਦੇ ਲੀਡਿੰਗ ਨਿਊਜ਼ ਪੇਪਰ ਦੀ, ਉਹਦੇ 'ਚ ਇਹ ਗੱਲਾਂ ਦਾ ਜ਼ਿਕਰ ਮਿਲਿਆ। ਜੀ 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 ਬਿਲਕੁਲ, ਕਿਤੇ ਨਾ ਕਿਤੇ ਟ੍ਰੋਲਿੰਗਸ ਨੇ, ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਅਜੇ ਹੁੰਦੀਆਂ ਨੇ। ਯਾ ਸੋ ਆਪਾਂ ਹੁਣ ਅੱਗੇ ਵਧੀਏ। ਅਗਲੀ ਗੱਲ ਇਹ ਹੈ ਕਿ ਸਪੋਰਟਸ ਪਰਸਨ ਜੀ, ਉਹਨਾਂ ਨੂੰ ਕੀ ਕੀ ਚੁਣੌਤੀਆਂ ਨੇ, ਕੀ ਕੀ ਚੈਲੰਜ ਨੇ? ਜੀ ਬਿਲਕੁਲ ਖਾਨਾ ਸਾਹਿਬ, ਜਿੱਦਾਂ ਸਪੋਰਟਸਮੈਨ ਅੱਜ ਦੀ ਡੇਟ ਦੇ ਵਿੱਚ, ਜਿਵੇਂ ਤੁਸੀਂ ਗੱਲ ਕੀਤੀ ਵੀ ਪਦਮ ਸ਼੍ਰੀ ਮਿਲਖਾ ਸਿੰਘ ਨੂੰ ਲੈ ਲਓ ਜਾਂ ਮੇਜਰ ਧਿਆਨਚੰਦ ਲੈ ਲਓ, ਉਹ ਜਦੋਂ ਬਣ ਗਏ ਪਦਮ ਸ਼੍ਰੀ ਅਵਾਰਡ ਮਿਲ ਗਿਆ, ਪਿਕਚਰਸ ਬਣ ਗਈਆਂ, ਸਭ ਕੁਝ ਹੋ ਗਿਆ, ਉਹਨਾਂ ਨੂੰ ਲੱਗਿਆ ਕਿ ਇਹੀ ਸਪੋਰਟਸ ਹੈ। ਪਰ ਇਹਦੇ ਬੈਕਗਰਾਉਂਡ ਦੇ ਵਿੱਚ ਬਹੁਤ ਵੱਡੀ ਤਪੱਸਿਆ ਆ। ਤਪੱਸਿਆ ਇਸ ਲੈਵਲ ਦੀ ਹੈ ਵੀ ਤੁਹਾਨੂੰ ਸਾਰਾ ਕੁਝ ਵਾਰਨਾ ਪੈਂਦਾ ਆਪਣਾ। ਬੀਂਗ ਏ ਸਪੋਰਟਸਮੈਨ, ਜਿਹੜਾ ਮੇਰਾ ਆਪਣਾ 16-17 ਸਾਲ ਦਾ ਤਜਰਬਾ ਹੈ, ਤੁਸੀਂ ਆਪਣਾ ਘਰ ਬਾਰ ਛੱਡਣਾ ਪੈਂਦਾ, ਤੁਸੀਂ ਆਪਣੇ ਪੇਰੈਂਟਸ ਤੋਂ ਦੂਰ ਰਹੋਗੇ, ਦੁੱਖ ਸੁੱਖ ਦੇ ਵਿੱਚ ਤੁਸੀਂ ਸ਼ਰੀਕ ਨਹੀਂ ਹੋ ਸਕਦੇ, ਸ਼ਾਮਿਲ ਨਹੀਂ ਹੋ ਸਕਦੇ। ਲੇਕਿਨ ਜਿਹੜਾ ਸਪੋਰਟਸਮੈਨ ਹੈ ਉਹ ਇੱਕ ਬਹੁਤ ਹੋਰ ਤਰ੍ਹਾਂ ਜ਼ਿੰਦਗੀ ਜਿੰਦਾ, ਲੇਕਿਨ ਉਹਨਾਂ ਦੀ ਬੈਕਗਰਾਊਂਡ ਦੇ ਵਿੱਚ ਬਹੁਤ ਸਖਤ ਮਿਹਨਤ ਹੁੰਦੀ ਹੈ, ਕੋਚਿਸ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੁੰਦਾ। ਔਰ ਇਹਦੇ ਵਿੱਚ ਇਹ ਵੀ ਬੜੀ ਇੰਪੋਰਟੈਂਟ ਗੱਲ ਹੈ ਕਿ ਪੇਰੈਂਟਸ ਬਹੁਤ ਵੱਡਾ ਰੋਲ ਅਦਾ ਕਰਦੇ ਨੇ, ਕਿਉਂਕਿ ਜੇ ਪੇਰੈਂਟਸ ਇਹ ਗੱਲ ਫੋਨ 'ਤੇ ਜਾਂ ਕਿਸੇ ਹੋਰ ਮਾਧਿਅਮ ਨਾਲ ਇਹ ਗੱਲ ਕਹਿਣ ਵੀ ਨਹੀਂ ਸਾਡਾ ਮਨ ਲੈ ਤੁਸੀਂ ਵਾਪਸ ਆ ਜਾਓ ਜਾਂ ਤੁਸੀਂ ਘਰ ਠੀਕ ਹੋ, ਤਾਂ ਫਿਰ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਸੋ ਕਾਮਯਾਬੀ ਲਈ ਪੇਰੈਂਟਸ ਦੀ ਬੜੀ ਸਪੋਰਟ ਦੀ ਜ਼ਰੂਰਤ ਹੈ, ਕਿਉਂਕਿ ਜਿੱਥੇ ਮਾਨਸਿਕ ਦੀ ਗੱਲ ਕੀਤੀ, ਮੋਰਲ ਤੌਰ 'ਤੇ ਬੜਾ ਸਟਰੋਂਗ ਹੋਣਾ ਜ਼ਰੂਰੀ ਹੈ। ਔਰ ਖਿਡਾਰੀ ਜੇ ਮੋਰਲ ਤੌਰ 'ਤੇ ਸਟਰੋਂਗ ਹੈ ਤਾਂ ਉਹ ਆਪਣੀ ਪਰਫੋਰਮੈਂਸ, ਕਿਉਂਕਿ ਜਿਸ ਵਾਰੀ ਤੁਸੀਂ ਸਵੇਰੇ ਮੈਂਟਲੀ ਤੌਰ 'ਤੇ ਅਪਸੈਟ ਹੋ ਜਾਂ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਮਾਨਸਿਕ ਤੌਰ 'ਤੇ, ਤੁਹਾਨੂੰ ਤਣਾਅ ਹੈ, ਤੁਸੀਂ ਆਪਣੀ ਟੀਮ ਜਿਹੜਾ ਈਵੈਂਟ ਕਰਨਾ ਹੈ ਜਾਂ ਤੁਸੀਂ ਟ੍ਰੇਨਿੰਗ ਵੀ ਕਰਨੀ ਹੈ, ਤੁਸੀਂ ਨਹੀਂ ਕਰ ਪਾਓਗੇ। ਔਰ ਤੁਸੀਂ ਜੋ ਤੁਹਾਡੇ ਕੋਚਿਸ ਨੇ, ਜੋ ਤੁਹਾਡੀ ਫੈਡਰੇਸ਼ਨ ਸੋਚਦੀ ਹੈ ਵੀ ਇਹ ਬੱਚਾ ਕਿਸ ਲੈਵਲ 'ਤੇ ਏਸ਼ੀਅਨ 'ਤੇ ਜਾਂ ਕਾਮਨਵੈਲਥ 'ਤੇ ਮੈਡਲ ਲਊਗਾ, ਉਹ ਸਫਲ ਨਹੀਂ ਹੋ ਪਾਊਗਾ ਜਿੰਨਾ ਤੱਕ ਇਹ ਪੂਰਾ ਇੱਕ, ਜਿਵੇਂ ਕਹਿ ਲਾ ਕਿ ਜਿਵੇਂ ਮੈਂ ਟੀਮ ਦੀ ਹਾਕੀ ਦੀ ਗੱਲ ਕੀਤੀ ਹੈ, ਟੀਮ ਇਹ ਇੱਕ ਸਪੋਰਟਸਮੈਨ ਬਣਾਉਣ ਦੇ ਵਿੱਚ ਇਹ ਪੂਰੀ ਪੂਰੀ ਟੀਮ ਕੰਮ ਕਰਦੀ ਹੈ। ਯਾ ਟੀਮ ਵਰਕ ਹਮੇਸ਼ਾ ਕੰਮ ਕਰਦਾ ਹੈ, ਔਰ ਸਾਡਾ ਵੀ ਸ਼ੋਅ ਪੂਰੀ ਟੀਮ ਚਲਾ ਰਹੀ ਆ। ਔਰ ਇਸ ਵਕਤ ਆਦੇਸ਼ ਹੋ ਰਿਹਾ ਕਿ ਇੱਕ ਗੀਤ ਬਿਲਕੁਲ ਤਿਆਰ ਹੈ, ਤਾਂ ਸਪੋਰਟਸ ਤੋਂ ਆਪਾਂ ਸੰਗੀਤ ਵੱਲ ਜਾਂਦੇ ਹਾਂ, ਫਿਰ ਸੰਗੀਤ ਤੋਂ ਮੁੜ ਕੇ ਸਪੋਰਟਸ ਵੱਲ ਆਉਂਦੇ ਹਾਂ। ਖੇਡਾਂ ਯਾਦ ਆ ਗਈਆਂ ਹੋਣਗੀਆਂ ਬਚਪਨ ਦੀਆਂ ਤੁਹਾਨੂੰ ਸਾਰਿਆਂ ਨੂੰ, ਔਰ ਤੁਸੀਂ ਉਹ ਵਕਤ ਯਾਦ ਕਰਦੇ ਹੋਵੋਗੇ ਜਦੋਂ ਮਿੱਤਰਾਂ ਨਾਲ ਮਿਲ ਕੇ ਗਰਾਊਂਡਸ ਦੇ ਵਿੱਚ ਪ੍ਰੈਕਟਿਸ ਕਰਦੇ ਰਹੇ ਸੀ, ਭਾਵੇਂ ਕੋਈ ਵੀ ਹੋਵੇ, ਬੰਟੇ ਖੇਡਦੇ ਹੋਵੋ, ਗੁੱਲੀ ਡੰਡਾ ਖੇਡਦੇ ਹੋਵੋ, ਉਹ ਵੀ ਤਾਂ ਸਪੋਰਟਸ ਹੀ ਨੇ। ਔਰ ਕਈ ਲੋਕ ਇਨਡੋਰ ਗੇਮਸ ਖੇਡਦੇ ਨੇ, ਕੈਰਮ ਬੋਰਡ ਹੋ ਗਿਆ, ਲੂਡੋ ਹੋ ਗਿਆ, ਚੈੱਸ ਹੋ ਗਿਆ, ਤਰ੍ਹਾਂ ਤਰ੍ਹਾਂ ਦੀਆਂ ਗੇਮਸ ਨੇ। ਓਲੰਪਿਕਸ ਬਾਰੇ ਗੱਲ ਕਰ ਰਹੇ ਹਾਂ, ਔਰ ਬੱਚਿਆਂ ਨੂੰ ਕਿੱਦਾਂ ਤਿਆਰ ਕਰੀਏ ਸਪੋਰਟਸ ਬਾਰੇ, ਉਹਦੇ ਬਾਰੇ ਦੱਸ ਰਹੇ ਨੇ ਜਗਦੀਪ ਸਿੰਘ ਕਾਲੋਂ ਜੀ ਸਾਨੂੰ, ਜੋ ਖੁਦ ਇੱਕ ਇੰਟਰਨੈਸ਼ਨਲ ਖਿਡਾਰੀ ਨੇ। ਚਲੋ ਫਿਰ ਗੱਲਬਾਤ ਦਾ ਸਿਲਸਿਲਾ ਮੁੜ ਤੋਂ ਸ਼ੁਰੂ ਕਰਦੇ ਹਾਂ। ਜੀ ਜਗਦੀਪ ਸਰ ਜੀ, ਸੋ ਆਪਾਂ ਸਪੋਰਟਸਮੈਨ ਦੀ ਤਾਂ ਸਾਰੀ ਗੱਲ ਕਰ ਲਈ, ਕੀ ਕੀ ਤਿਆਰੀਆਂ ਨੇ, ਖੁਰਾਕ ਕੀ ਹੁੰਦੀ ਹੈ, ਹੈ ਨਾ, ਹਰ ਚੀਜ਼ ਦੀ, ਦਿਮਾਗੀ ਕਸਰਤ, ਦਿਮਾਗੀ ਸਿਹਤ ਕੀ ਹੁੰਦੀ ਹੈ। ਇੱਕ ਚੀਜ਼ ਅੱਜ ਕੱਲ੍ਹ ਖਾਸ ਤੌਰ 'ਤੇ ਜੀ, ਡਰੱਗਸ ਲੈਂਦੇ ਨੇ ਕਈ ਸਪੋਰਟਸਮੈਨ ਆਪਣੀਆਂ ਪਰਫੋਰਮੈਂਸ ਨੂੰ, ਆਪਣੀਆਂ ਮਾਸਪੇਸ਼ੀਆਂ ਨੂੰ ਸਟਰੋਂਗ ਕਰਨ ਵਾਸਤੇ। ਔਰ ਕਈ ਲੋਕ ਕਹਿੰਦੇ ਨੇ ਕਿ ਜਿਹੜੇ ਪ੍ਰੋਟੀਨਸ ਵਗੈਰਾ ਦੇ ਡੱਬੇ ਵੀ ਆਉਂਦੇ ਨੇ ਅੱਜ ਕੱਲ੍ਹ, ਉਹਦੇ ਵਿੱਚ ਵੀ ਸਟੀਰੋਇਡਸ ਵਗੈਰਾ ਹੁੰਦੇ ਨੇ ਕਈ ਵਾਰ, ਉਹਦੇ ਵੀ ਨੈਗੇਟਿਵ ਇਫੈਕਟਸ ਹੁੰਦੇ ਨੇ। ਉਸ ਵਕਤ ਤੁਹਾਨੂੰ ਜ਼ਰੂਰ ਜਿਤਾ ਸਕਦੇ ਨੇ, ਤੁਸੀਂ ਜ਼ਰੂਰ ਵਧੀਆ ਪਰਫੋਰਮੈਂਸ ਦੇ ਸਕਦੇ ਹੋ, ਪਰ ਜਦੋਂ ਉਹ ਨਸ਼ਾ ਟੁੱਟੇਗਾ ਔਰ ਉਸ ਨਸ਼ੇ ਨੂੰ ਤੁਸੀਂ ਲਗਾਤਾਰ ਲੈਂਦੇ ਹੋ, ਤੁਹਾਡੇ ਸਰੀਰ ਦੇ ਉੱਤੇ ਬੁਰਾ ਅਸਰ ਜੋ ਪਏਗਾ, ਉਹ ਸਭ ਜ਼ਰਾ ਦੱਸ ਦਿਓ ਸਾਨੂੰ। ਬਿਲਕੁਲ ਜੀ ਖਾਨਾ ਸਾਹਿਬ, ਬੜਾ ਅੱਛਾ ਤੁਹਾਡਾ ਸਵਾਲ ਹੈ। ਡੋਪਿੰਗ ਇਸ ਸਮੇਂ ਸਾਨੂੰ ਕੋੜ ਵਾਂਗੂ ਸਪੋਰਟਸ ਬੈਨਰ ਨੂੰ ਚੰਬੜਿਆ ਹੋਇਆ, ਔਰ ਨੋ ਡਾਊਟ ਕਿ ਡੋਪਿੰਗ ਤਾਂ ਰਸ਼ੀਆ ਦੇ ਟਾਈਮ ਤੋਂ ਔਰ ਪੁਰਾਣੇ ਟਾਈਮ ਤੋਂ ਚੱਲਦਾ ਹੁੰਦਾ, ਲੇਕਿਨ ਹੁਣ ਇਹ ਆਮ ਕਲਚਰ ਹੋ ਗਿਆ। ਡੋਪਿੰਗ ਪਹਿਲਾਂ ਇਕੱਲਾ ਸਪੋਰਟਸ ਤੱਕ ਸੀਮਿਤ ਸੀਗਾ, ਹੁਣ ਇਹ ਆਮ ਲੋਕ ਜਿਹੜੇ ਨੇ ਇਹਨੂੰ ਵਰਤਣ ਲੱਗ ਪਏ ਨੇ, ਚਾਹੇ ਮੈਂ ਜਿੰਮ ਦੀ ਗੱਲ ਕਰਾਂ ਜਾਂ ਮੈਂ ਕੋਈ ਹੋਰ ਐਕਟੀਵਿਟੀਆਂ ਕਰਨ ਦੀ ਗੱਲ ਕਰਾਂ। ਇਹ ਚੀਜ਼ਾਂ ਇਸ ਲਈ ਨਹੀਂ ਬਣੀਆਂ,
ਔਰ ਇਹ ਚੀਜ਼ਾਂ ਜਿਹੜੀ ਚੀਜ਼ ਕਿਤੇ ਗਲਤ ਇਫੈਕਟ ਪਾਉਂਦੀ ਹੈ ਉਹ ਸਰੀਰ ਦੇ ਵਿੱਚ ਇਫੈਕਟ ਪਾਉਣ ਤੋਂ ਬਾਅਦ ਜਿਹੜਾ ਖਿਡਾਰੀ ਹੈ ਜਾਂ ਆਮ ਬੰਦੇ ਜਿਹੜੇ ਨੂੰ ਲੈਂਦੇ ਨੇ ਉਹ ਮੌਤ ਦੇ ਮੂੰਹ ਵੱਲ ਜਾਂਦਾ। ਔਰ ਮੈਂ ਡੋਪਿੰਗ ਦੀ ਗੱਲ ਸਪੋਰਟਸ ਦੀ ਸਪੈਸੀਫਿਕ ਕਰਾਂ ਤਾਂ ਸਪੋਰਟਸ ਦੇ ਵਿੱਚ ਡੋਪਿੰਗ ਰੋਕਣ ਲਈ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨਾਡਾ ਦਾ ਗਠਨ ਕੀਤਾ ਗਿਆ ਔਰ ਇਹਨੂੰ ਭਾਰਤ ਸਰਕਾਰ ਦਾ ਮਿਨਿਸਟਰੀ ਆਫ ਸਪੋਰਟਸ ਗਵਰਨਮੈਂਟ ਆਫ ਇੰਡੀਆ ਨੂੰ ਰਨ ਕਰਦਾ ਚਲਾਉਂਦਾ ਔਰ ਜਿਹੜੀ ਵਰਲਡ ਦੀ ਬਾਡੀ ਹੈ ਵਾਡਾ ਵਰਲਡ ਐਂਟੀ ਡੋਪਿੰਗ ਏਜੰਸੀ ਉਹ ਇਹਨੂੰ ਪੂਰੇ ਦੁਨੀਆ ਦੇ ਵਿੱਚ ਉਹ ਕੰਟਰੋਲ ਕਰਦੀ ਹੈ। ਔਰ ਬਿਲਕੁਲ ਤੁਸੀਂ ਸਹੀ ਫਰਮਾਇਆ ਕਿ ਅਸੀਂ ਕੁਛ ਸਮੇਂ ਜਾਂ ਕੁਛ ਈਵੈਂਟ ਦੇ ਵਿੱਚ ਮੈਡਲ ਲੈਣ ਦੇ ਚੱਕਰ ਦੇ ਵਿੱਚ ਕੋਈ ਗਲਤ ਚੀਜ਼ਾਂ ਖਾ ਲੈਂਦੇ ਹਾਂ, ਪ੍ਰੋਟੀਨ ਖਾ ਲਿਆ ਜਾਂ ਕੁਛ ਹੋਰ ਖਾ ਲਿਆ, ਤਾਂ ਉਹ ਕਿਤੇ ਲੌਂਗ ਰਨ ਦੇ ਵਿੱਚ ਜਿਹੜਾ ਸਾਡੀ ਸਪੋਰਟਸ ਦੀ, ਕਿਉਂਕਿ ਲਾਈਫ ਹੈ ਸਪੋਰਟਸ, ਸਾਰੀ ਜ਼ਿੰਦਗੀ ਆਦਮੀ ਨਹੀਂ ਕਰ ਸਕਦਾ, ਕੋਈ 5 ਸਾਲ ਕਰ ਜੂ, ਕੋਈ 4 ਸਾਲ ਕਰ ਜੂ, ਕੋਈ ਜਿਵੇਂ ਕੋਈ ਇੰਜਰੀ ਹੋ ਗਈ ਤਾਂ ਉਹ ਸਾਰੀ ਜ਼ਿੰਦਗੀ ਲਈ ਖਤਮ ਹੈ, ਲੇਕਿਨ ਉਹ ਬਾਅਦ ਦੇ ਵਿੱਚ ਲਾਈਫ ਦੇ ਵਿੱਚ ਤੁਹਾਡੀ ਬਹੁਤ ਜਿਹੜੀ ਦਿੱਕਤ ਪੈਦਾ ਕਰਨ ਵਾਲਾ ਹੈ। ਸੋ ਡੋਪਿੰਗ ਫਰੀ ਜਿਹੜੀਆਂ ਔਰਗੈਨਿਕ ਚੀਜ਼ਾਂ ਨੇ ਉਹ ਸਾਨੂੰ ਲੈਣੀਆਂ ਚਾਹੀਦੀਆਂ ਨੇ। ਔਰ ਜਿਹੜੇ ਨੌਜਵਾਨ ਬੱਚੇ ਨੇ, ਮੈਂ ਤਾਂ ਇਹ ਵੀ ਜ਼ਰੂਰ, ਜਿੰਨੇ ਸਾਡੇ ਸਿੱਖਿਆ ਅਧਿਆਪਕ ਨੇ ਜਾਂ ਜਿੰਨੇ ਸਾਡੀਆਂ ਖੇਡ ਐਸੋਸੀਏਸ਼ਨਸ ਨੇ, ਖੇਡ ਫੈਡਰੇਸ਼ਨਸ ਨੇ, ਮੈਂ ਉਹਨਾਂ ਨੂੰ ਜ਼ਰੂਰ ਸੁਝਾਅ ਦੇਣਾ ਚਾਹੁੰਦਾ ਕਿ ਆਪਾਂ ਬਾਕੀ ਚੀਜ਼ਾਂ ਦੇ ਨਾਲ ਨਾਲ ਡੋਪਿੰਗ ਅਵੇਅਰਨੈਸ ਵਾਸਤੇ ਵੀ ਛੋਟੇ ਛੋਟੇ ਜਿਹੜੇ ਨੇ ਸੈਮੀਨਾਰ ਕਰਾਇਆ ਕਰੀਏ, ਕਿਉਂਕਿ ਇਹਨਾਂ ਨਾਲ ਦੇਖੋ ਕਈ ਚੀਜ਼ਾਂ, ਇਹ ਵੀ ਮੈਂ ਨਹੀਂ ਕਹਿੰਦਾ ਕਿ ਬਹੁਤ ਸਾਰੇ ਬੱਚੇ ਦੋਸ਼ੀ ਹੋਣਗੇ, ਹੋ ਸਕਦਾ ਕੋਈ ਯਾਰ ਦੋਸਤ, ਜਿਵੇਂ ਤੁਸੀਂ ਨਸ਼ੇ ਦੀ ਗੱਲ ਕੀਤੀ, ਕੋਈ ਆਪ ਨਹੀਂ ਕਰਦਾ, ਕੋਈ ਕਿਸੇ ਨੂੰ ਲਾਉਂਦਾ ਹੁੰਦਾ, ਔਰ ਅਗਲਾ ਕਹੂਗਾ ਯਾਰ ਮੈਂ ਵੀ ਤਕੜਾ ਹਾਂ ਅਤੇ ਮੈਂ ਤਾਂ ਹੀ ਤਕੜਾ, ਯਾਰ ਮੈਂ ਵੀ ਕੁਛ ਮਾੜਾ ਮੋਟਾ ਲਿਆ ਤੂੰ ਵੀ ਲੈ ਲੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਹੜਾ ਬੱਚਿਆਂ ਨੂੰ ਹੈ ਜਿਹੜਾ ਗਲਤ ਰਸਤੇ ਲੈ ਜਾਂਦੀਆਂ ਨੇ। ਸੋ ਡੋਪਿੰਗ ਜਿਹੜੀ ਹੈ ਉਹਨੂੰ ਰੋਕਣ ਦੀ ਸਖਤ ਲੋੜ ਹੈ, ਉਹਦੇ 'ਤੇ ਸਖਤ ਕਾਰਵਾਈ ਕਰਨ ਦੀ ਲੋੜ ਹੈ। ਔਰ ਮੈਂ ਪਰਸਨਲ, ਕਿਉਂਕਿ ਮੈਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਵਿੱਚ ਅਥਲੀਟ ਕਮਿਸ਼ਨ ਦਾ ਕਨਵੀਨਰ ਹਾਂ ਪੂਰੇ ਭਾਰਤ ਦਾ, ਔਰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਮੈਂ ਗੱਲ ਕਰਾਂ, ਇਹਨਾਂ ਨੇ ਸਪੈਸੀਫਿਕ ਇੱਕ ਜੀਰੋ ਨੀਡਲ ਕਰਕੇ ਇੱਕ ਅਭਿਆਨ ਚਲਾਇਆ ਹੋਇਆ ਵੀ ਜੇ ਕਿਸੇ ਕੋਲ ਕੋਈ ਬੱਚੇ ਕੋਲ ਸਰਿੰਜ ਵੀ ਮਿਲ ਗਈ ਜਾਂ ਸੂਈ ਵੀ ਬਰਾਮਦ ਹੋ ਗਈ ਤਾਂ ਅਸੀਂ ਉਹਦੇ ਉੱਪਰ ਉਹੀ ਐਕਸ਼ਨ ਲਵਾਂਗੇ ਜਿਹੜਾ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਖਿਡਾਰੀਆਂ ਨੂੰ ਈਵੈਂਟ ਦੇ ਦੌਰਾਨ, ਕਿਉਂਕਿ ਜਦੋਂ ਖਿਡਾਰੀ, ਮੈਂ ਵੀ ਦੱਸਣਾ ਚਾਹੁੰਦਾ ਕਿ ਡੋਪਿੰਗ ਕਿੱਦਾਂ ਟੈਸਟਿੰਗ ਕਰਦੇ ਨੇ, ਉਹ ਇੱਕ ਈਵੈਂਟ ਦੇ ਵਿੱਚ ਜਿਹੜੀ ਨਾਡਾ ਦੀ ਟੀਮ ਹੈ ਉਹ ਆਉਂਦੀ ਹੈ, ਉਹਨਾਂ ਦੇ ਜਿਹੜੇ ਫਸਟ ਸੈਕਿੰਡ ਥਰਡ ਖਿਡਾਰੀ ਆਉਣਗੇ ਉਹਨਾਂ ਨੂੰ ਲੈਂਦੇ ਨੇ, ਉਹ ਰੈਂਡਮਲੀ ਵੀ, ਕਿਉਂਕਿ ਜਦੋਂ ਬੱਚੇ ਨੇ ਕੋਈ ਨਸ਼ਾ ਕੀਤਾ ਹੋਇਆ ਤਾਂ ਉਹ ਅਨਕੌਂਸ਼ੀਅਸ ਹੋ ਕੇ ਕੰਮ ਕਰੇਗਾ, ਉਹ ਜੇ ਮੰਨ ਲਓ ਤੁਸੀਂ ਕੋਈ ਸਾਈਕਲਿੰਗ ਦੀ ਗੱਲ ਕਰਾਂ ਜਾਂ ਮੈਂ ਬੋਕਸਿੰਗ ਦੀ ਗੱਲ ਕਰਾਂ ਜਾਂ ਮੈਂ ਹਾਕੀ ਦੀ ਗੱਲ ਕਰਾਂ, ਉਹਨੂੰ ਬਾਲ ਹੀ ਨਹੀਂ ਦਿਖੂਗੀ, ਤਾਂ ਉਹ ਸਮਝ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪੈਰਾਮੀਟਰ ਸਮਝ ਆ ਜਾਂਦੇ ਨੇ ਵੀ ਇਹ ਕਿਤੇ ਨਾ ਕਿਤੇ ਅਨਕੌਂਸ਼ੀਅਸ ਲੱਗ ਰਿਹਾ, ਫਿਰ ਉਹਨੂੰ ਰੈਂਡਮਲੀ ਚੈੱਕ ਕਰਦੇ ਨੇ, ਫਿਰ ਜੇ ਉਹ ਦੋਸ਼ੀ ਪਾਇਆ ਜਾਂਦਾ ਤਾਂ ਉਹਦੇ ਉੱਪਰ ਬਹੁਤ ਸਖਤ ਕਾਰਵਾਈ ਜਿਹੜੀ ਹੈ ਭਾਰਤ ਦਾ ਖੇਡ ਮੰਤਰਾਲਾ ਕਰਦਾ ਔਰ ਖੇਡ ਫੈਡਰੇਸ਼ਨ ਕਰਦੀਆਂ ਨੇ, ਔਰ ਬਹੁਤ ਸਾਰੇ ਬੱਚੇ ਜਿਹੜੇ ਨੇ 4-4 ਸਾਲ ਲਈ ਜਾਂ 8-8 ਸਾਲ ਲਈ ਲਾਈਫ ਟਾਈਮ ਵੀ ਬੈਨ ਹੋਏ ਨੇ। ਸੋ ਇਹ ਤੋਂ ਬਚਣ ਦੀ ਬਹੁਤ ਲੋੜ ਹੈ ਜੀ। ਆਪਾਂ ਦਰਸ਼ਕਾਂ ਨਾਲ ਇੱਕ ਗੱਲ ਤੁਹਾਡੀ ਸਾਂਝੀ ਕਰ ਦਈਏ ਕਿ ਜਗਦੀਪ ਸਿੰਘ ਕਾਹਲੋਂ ਇੱਕ ਅੰਤਰਰਾਸ਼ਟਰੀ ਖਿਡਾਰੀ ਨੇ, ਸਾਈਕਲਿਸਟ ਨੇ, ਕਿਉਂਕਿ ਸਾਈਕਲਿੰਗ ਦੀ ਗੇਮ ਦੇ ਵਿੱਚ ਇਹਨਾਂ ਨੇ ਬਹੁਤ ਮਾਰ ਕੇ ਮਾਰੇ ਔਰ ਮਹਾਰਾਜਾ ਰਣਜੀਤ ਸਿੰਘ ਅਵਾਰਡ ਪੰਜਾਬ ਗੌਰਮੈਂਟ ਵੱਲੋਂ ਉਹ ਜਿੱਤਿਆ ਹੈ। ਜਨਰਲ ਸੈਕਟਰੀ ਨੇ ਡਿਸਟ੍ਰਿਕਟ ਓਲੰਪਿਕ ਐਸੋਸੀਏਸ਼ਨ ਪਟਿਆਲਾ ਤੋਂ ਅਤੇ ਕਨਵੀਨਰ ਨੇ ਐਥਲੀਟ ਕਮਿਸ਼ਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਯਾਨੀ ਕਿ ਪੂਰੀ ਤਰ੍ਹਾਂ ਨਾਲ ਸਪੋਰਟਸ ਨੂੰ ਸਮਰਪਿਤ ਨੇ। ਅੱਛਾ, ਇੱਕ ਗੱਲ ਮੈਂ ਪੁੱਛਾਂ ਕਿ ਤੁਸੀਂ ਸਾਈਕਲ ਦਾ ਸਪੋਰਟਸ 'ਤੇ ਲਿੱਤਾ, ਕਈ ਵਾਰ ਹਾਈਕਿੰਗ 'ਤੇ ਗਏ ਹੋ ਕਿ ਇੱਥੋਂ ਤੋਂ ਉੱਥੇ ਪੂਰੇ ਇੰਡੀਆ ਦਾ ਚੱਕਰ ਲਗਾਉਣਾ ਹੈ ਸਾਈਕਲ ਦੇ ਉੱਤੇ, ਕਈ ਵਾਰ ਯਾਰਾਂ ਦੋਸਤਾਂ ਨਾਲ ਮਿਲ ਕੇ ਹਾਈਕਿੰਗ ਕਰੀਦੀ ਆਪਾਂ? ਨਹੀਂ ਜੀ ਨਹੀਂ, ਆਪਾਂ ਔਨ ਰਿਕਾਰਡ ਕਿਉਂ ਝੂਠ ਬੋਲਣਾ, ਅਸੀਂ ਕਦੇ ਜਦੋਂ ਸਾਈਕਲਿੰਗ ਮੈਂ ਗੇਮ ਰੇਲਵੇ 'ਚ ਆਉਣ ਤੋਂ ਬਾਅਦ ਰੇਲਵੇ ਲਈ ਮੈਂ ਆਲ ਇੰਡੀਆ ਇੰਟਰ ਰੇਲਵੇ ਖੇਡਿਆ, ਉਸ ਤੋਂ ਬਾਅਦ ਉਹਦੇ ਕੰਪਟੀਸ਼ਨ ਵਰਲਡ ਰੇਲਵੇ ਵਗੈਰਾ, ਪਰ ਉਸ ਤੋਂ ਬਾਅਦ ਫਿਰ ਮੈਂ ਸਾਈਕਲਿੰਗ ਵੱਲ, ਕਿਉਂਕਿ ਮੈਂ ਫਿਰ ਸਪੋਰਟਸ ਔਰਗਨਾਈਜੇਸ਼ਨ ਦੇ ਵਿੱਚ ਆ ਗਿਆ ਔਰ ਮੈਂ ਪਿਛਲੇ 7-8 ਸਾਲ ਤੋਂ ਵੱਖ ਵੱਖ ਜਿਹੜੀਆਂ ਸਾਡੀਆਂ ਐਨ ਜੀ ਓਜ਼ ਨੇ ਅਸੀਂ ਉਹਨਾਂ ਨਾਲ ਕੰਮ ਕਰ ਰਹੇ ਹਾਂ ਔਰ ਵਿਸ਼ੇਸ਼ ਤੌਰ 'ਤੇ ਅਸੀਂ, ਇਹ ਸਾਡਾ ਫੋਕਸ ਹੈ, ਸਾਡੀ ਇੱਕ ਅਸੀਂ ਸੋਸਾਇਟੀ ਫੋਰ ਸਪੋਰਟਸ ਪਰਸਨ ਵੈਲਫੇਅਰ ਸਾਡੀ ਟੀਮ ਨੇ ਗਠਨ ਕੀਤਾ, ਉਹਦੇ ਜਿਸ ਖਿਡਾਰੀਆਂ ਦੀ ਵੈਲਫੇਅਰ ਦੀ ਗੱਲ ਕਰਦੇ ਹਾਂ
ਖਿਡਾਰੀਆਂ ਨੂੰ ਮੋਟੀਵੇਟ ਕਰਦੇ ਆ ਕਿ ਤੁਸੀਂ ਪਿੰਡ ਲੈਵਲ ਤੇ, ਕਿਉਂਕਿ ਸਾਡਾ ਫੋਕਸ ਹੀ ਪੇਂਡੂ ਪੱਧਰ ਤੇ ਆ ਕਿ ਜਿਹੜੇ ਪਿੰਡ ਦੇ ਬੱਚੇ ਨੇ ਉਹਨਾਂ ਨੂੰ ਸਹੀ ਟਰੈਕ ਤੇ ਲਿਆਉਣ ਦਾ ਕੋਈ ਰਸਤਾ ਵੀ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ, ਕਿਉਂਕਿ ਪੁਰਾਣਾ ਟਾਈਮ ਕੀ ਹੁੰਦਾ ਸੀਗਾ ਕਿ ਬੱਚੇ ਆਪ ਗਰਾਊਂਡ 'ਤੇ ਜਾਂਦੇ ਸੀ, ਹੁਣ ਲੈ ਕੇ ਲੈਣ ਲਈ ਜਾਣਾ ਪੈਂਦਾ ਵੀ ਤੁਸੀਂ ਉਹਨਾਂ ਕੋਲ ਜਾਓ, ਛੋਟੇ ਛੋਟੇ ਸੈਮੀਨਾਰ ਕਰੋ। ਹੁਣ ਪਿੱਛੇ ਜੇ 23 ਜੂਨ ਨੂੰ ਅੰਤਰਰਾਸ਼ਟਰੀ ਓਲੰਪਿਕ ਡੇ ਅਸੀਂ ਮਨਾਇਆ, ਅਸੀਂ ਆਪਣੇ ਇਲਾਕੇ ਪਟਿਆਲੇ ਡਿਸਟ੍ਰਿਕਟ ਦੇ ਵਿੱਚ, ਉੱਥੇ ਅਸੀਂ ਕਈ ਪਿੰਡਾਂ ਦੇ ਬੱਚਿਆਂ ਨੂੰ ਬੁਲਾਇਆ, ਉੱਥੇ ਉਹਨਾਂ ਨੂੰ ਖੇਡ ਕਿੱਟਾਂ ਵੀ ਦਿੱਤੀਆਂ, ਔਰ ਨਾਲ ਉਹਨੂੰ ਇਸ ਗੱਲ ਲਈ ਮੋਟੀਵੇਟ ਕੀਤਾ ਕਿ ਖੇਡ ਓਲੰਪਿਕ ਖੇਡਾਂ ਦਾ ਅਸਲ ਮਕਸਦ ਕੀ ਹੈ, ਓਲੰਪਿਕ ਮੋਟੋ ਕਿਉਂ, ਕਿਉਂਕਿ ਜਿੰਨਾ ਤੱਕ ਅਸੀਂ ਤੁਸੀਂ ਦੇਖਿਆ ਹੋਗਾ ਕਿ ਕਈ ਖਿਡਾਰੀ ਸਾਡੇ ਜਿਹੜੇ ਨੇ, ਜਿਵੇਂ ਕਪਤਾਨ ਸਾਹਿਬ, ਸਰਪੰਚ ਸਾਹਿਬ ਦੀ ਗੱਲ ਕਰ ਲਓ, ਉਹਨੇ ਗੱਲ ਦੇ ਵਿੱਚ ਲੋਕਟ ਪਾਇਆ, ਓਲੰਪਿਕ ਸਾਈਨ ਹੈ, ਕਈ ਖਿਡਾਰੀਆਂ ਨੇ ਆਪਣੇ ਹੱਥਾਂ ਦੇ ਵਿੱਚ ਜਿਹੜੇ ਨੇ ਟੈਟੂ ਬਣਾਏ ਹੋਏ ਨੇ, ਉਹਦਾ ਮਤਲਬ ਹੈ ਵੀ ਓਲੰਪਿਕ ਮੋਟਿਵ ਜਿਹੜਾ ਪੂਰੀ ਦੁਨੀਆ ਦੇ ਘਰ ਘਰ ਵਿੱਚ ਜਾਵੇ, ਔਰ ਇੰਟਰਨੈਸ਼ਨਲ ਓਲੰਪਿਕ ਕਮੇਟੀ ਦਾ ਵੀ ਇਹ ਮਕਸਦ ਹੈ ਵੀ ਓਲੰਪਿਕ ਚਾਰਟਰ ਜਿਹੜਾ ਉਹ ਹਰ ਬੰਦੇ ਹਰ ਬੱਚੇ ਦੇ ਵਿੱਚ ਇੰਪਲੀਮੈਂਟ ਹੋ, ਕਿਉਂਕਿ ਇਹ ਪੰਜ ਜਿਹੜੇ ਕੜੇ ਨੇ ਉਹ ਪੰਜ ਮਹਾਂਦੀਪਾਂ ਨੂੰ ਜੋੜਦੇ ਨੇ, ਇਹ ਬਹੁਤ ਡੂੰਘੀ ਗੱਲ ਹੈ, ਕੋਈ ਛੋਟੀ ਜਿਹੀ ਗੱਲ ਨਹੀਂ। ਔਰ ਜਦੋਂ ਕਿਸੇ ਬੱਚੇ ਦੇ ਜ਼ਿਹਨ ਦੇ ਵਿੱਚ ਇਹ ਗੱਲ ਆ ਗਈ ਕਿ ਮੈਂ ਵੀ ਓਲੰਪੀਅਨ ਬਣਨਾ ਹੈ ਜਾਂ ਮੈਂ ਓਲੰਪਿਕ ਖੇਡਣੀ ਹੈ, ਜਦੋਂ ਇਹ ਚੀਜ਼ਾਂ ਬੱਚੇ ਦੇ ਘਰ ਘਰ ਗਈਆਂ, ਜਾਂ ਮੈਂ ਆਪਾਂ ਮਿਲਖਾ ਸਿੰਘ ਦੀ ਗੱਲ ਕੀਤੀ, ਪੀਟੀ ਊਸ਼ਾ ਦੀ ਗੱਲ ਕੀਤੀ, ਮੇਜਰ ਧਿਆਨ ਦੀ ਗੱਲ ਕੀਤੀ, ਇਹ ਜਦੋਂ ਮਨ 'ਚ ਵਸਾ ਲਿਆ ਤਾਂ ਡੈਫੀਨੇਟਲੀ ਹੈ ਵੀ ਉਹ ਬੱਚਾ ਜਿਹੜਾ ਹੈ ਓਲੰਪਿਕ ਦੇ ਵਿੱਚ ਮੈਡਲ ਲੈਣ ਤੋਂ ਕੋਈ ਰੋਕ ਸਕਦਾ। ਪਰ ਇਹ ਚੀਜ਼ 'ਚ ਜਗਿਆਸਾ, ਇਹ 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 ਅੰਦਰ ਜਿਹੜੀ ਜਿਹੜੀ ਚੰਗਿਆਰੀ ਹੈ ਉਹ ਜਗਾਉਣ ਲਈ ਤੁਹਾਨੂੰ ਥੋੜ੍ਹੇ ਜਿਹੇ ਯਤਨ ਕਰਨੇ ਪੈਣ। ਬਿਲਕੁਲ ਠੀਕ ਆ, ਤੁਸੀਂ ਪਿੰਡ ਪੱਧਰ ਦੀ ਗੱਲ ਕੀਤੀ ਹੈ, ਪਿੰਡ ਪੱਧਰ ਦੇ ਉੱਤੇ ਸਟੂਡੈਂਟਸ ਨੂੰ, ਸਾਰੇ ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ ਮਿਲ ਕੇ ਆਪਣੇ ਕਲੱਬ ਬਣਾਉਣੇ ਚਾਹੀਦੇ ਨੇ ਸਪੋਰਟਸ ਦੇ, ਪੰਚਾਇਤਾਂ ਮਿਲ ਕੇ ਕੰਮ ਕਰਨ, ਪਿੰਡ ਦੇ ਸਾਰੇ ਮੌਤਬਰ ਬਿਲਕੁਲ, ਔਰ ਜਿਹੜੇ NRIs ਬਾਹਰ ਬੈਠੇ ਨੇ ਉਹ ਵੀ ਕਈ ਵਾਰ ਮੇਲੇ ਕਰਵਾਉਂਦੇ ਨੇ ਸਪੋਰਟਸ ਦੇ, ਬਹੁਤ ਲੱਖਾਂ ਰੁਪਏ ਲਾਉਂਦੇ ਨੇ, ਉਹ ਵੀ ਫੰਡਸ ਦਿੰਦੇ ਨੇ, ਪੰਜਾਬ ਦੇ ਨੌਜਵਾਨ ਖੇਡਾਂ ਵੱਲ ਆ ਜਾਣ ਦਾ ਕਮਾਲ ਦੀ ਗੱਲ ਹੈ, ਬਹੁਤ ਵਧੀਆ ਗੱਲ ਹੋਏਗੀ। ਔਰ ਇੱਕ ਚੀਜ਼ ਹੋਰ, ਇੱਕ ਥਾਂ ਦੇ ਉੱਤੇ ਨਾ ਦੇਖਿਆ ਗਿਆ ਕਿ ਕੁਝ ਇੱਕ ਬੱਚੇ ਖੇਡਦੇ ਪਏ ਨੇ ਕੋਈ ਵੀ ਗੇਮ, ਔਰ ਉਹਨਾਂ ਦੇ ਉੱਤੇ ਕੋਚ ਵੀ ਹੈਗਾ, ਉਹ ਬੱਚੇ ਗੋਲ ਮਟੋਲ ਜੇ, ਗੋਲੂ ਮੋਲੂ ਜੇ ਖੇਡਦੇ ਪਏ ਨੇ, ਤੇ ਕਿਸੇ ਨੇ ਪੁੱਛਿਆ ਕਹਿੰਦੇ ਇਹ ਕਿਹੜੀ ਸਪੋਰਟਸ ਹੈ, ਕਹਿੰਦੇ ਕੋਈ ਸਪੋਰਟਸ ਨਹੀਂ, ਇਹ ਬੱਚੇ ਘਰਾਂ 'ਚ ਹੀ ਰਹਿੰਦੇ ਨੇ, ਮੋਬਾਈਲ ਦੇ ਉੱਤੇ, ਟੈਬਸ ਦੇ ਉੱਤੇ, ਕੰਪਿਊਟਰ ਦੇ ਉੱਤੇ ਲੱਗੇ ਰਹਿੰਦੇ ਨੇ। ਹੁਣ ਉਹ ਇੱਕ ਕੋਚ ਦਾ ਇੰਤਜ਼ਾਮ ਕੀਤਾ ਇਹਨਾਂ ਦੇ ਮਾਂ ਬਾਪ ਨੇ ਕਿ ਇਹਨਾਂ ਦੀ ਪ੍ਰੈਕਟਿਸ ਕਰਵਾਓ, ਸਾਰੇ ਮੋਟੂ ਮੋਟੂ ਹੋਈ ਜਾ ਰਹੇ ਨੇ, ਇਹਨਾਂ ਨੂੰ ਫਿੱਟ ਕਰੋ, ਕਹਿੰਦੇ ਇਹ ਸ਼ਾਮ ਨੂੰ ਪ੍ਰੈਕਟਿਸ ਕਰਨ ਆਉਂਦੇ ਨੇ। ਸੋ ਉਹਨਾਂ ਬੱਚਿਆਂ ਬਾਰੇ ਤੁਹਾਡਾ ਕੀ ਕਹਿਣਾ, ਜਿਹੜੇ ਮਤਲਬ ਮੁੱਦੇ ਪਏ ਨੇ, ਸੈਂਡਵਿਚ ਖਾਈ ਗਏ, ਬਰਗਰ ਖਾਈ ਗਏ, ਪੀਜ਼ਾ ਖਾਈ ਗਏ, ਟੀਵੀ ਦੇਖੀ ਗਏ, ਗੇਮਸ ਖੇਡਦੇ ਨੇ ਮੋਬਾਈਲ ਦੇ ਉੱਤੇ, ਸਪੋਰਟਸ ਦੇ ਵਿੱਚ ਗਰਾਊਂਡ ਦੇ ਵਿੱਚ ਜਾਂਦੇ ਹੀ ਨਹੀਂ, ਕੀ ਕਹੋਗੇ ਉਹਨਾਂ ਨੂੰ? ਬਿਲਕੁਲ ਜੀ, ਇਹ ਬੜੀ ਵਧੀਆ ਤੁਸੀਂ ਗੱਲ ਕੀਤੀ ਹੈ, ਇਹ ਜ਼ਰੂਰੀ ਹੈ ਅੱਜ ਦੀ ਡੇਟ ਦੇ ਵਿੱਚ ਬੱਚਿਆਂ ਨੂੰ ਖੇਡ ਗਰਾਊਂਡ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ। ਔਰ ਮੈਂ ਤਾਂ ਯੰਗ ਜਨਰੇਸ਼ਨ ਨੂੰ ਜ਼ਰੂਰ ਅਪੀਲ ਕਰਦਾ ਕਿ ਇਹ ਜਿਹੜੇ ਏਸੀ ਨੇ, ਮੈਂ ਤਾਂ ਸਾਇੰਸ ਦਾ ਵਿਦਿਆਰਥੀ ਨਹੀਂ, ਲੇਕਿਨ ਇਹ ਸਾਇੰਸ ਕਹਿੰਦੀ ਹੈ ਵੀ ਜਿੰਨਾ ਤੁਸੀਂ ਜ਼ਿਆਦਾ ਏਸੀ 'ਚ ਰਹੋਗੇ, ਤੁਹਾਡੇ ਜਿਹੜੇ ਸਰੀਰ ਦੇ ਰੋਮ ਨੇ ਉਹਨਾਂ ਜਿੰਨਾ ਤੱਕ ਪਸੀਨਾ ਨਹੀਂ ਆਉਂਦਾ, ਤਾਂ ਤੁਸੀਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋਵੋਗੇ। ਔਰ ਇਹ ਗੱਲ ਸੱਚੀ ਹੈ ਕਿ ਹਰ ਇੱਕ ਬੱਚੇ ਦੀ ਅੱਜ ਸੋਚ ਹੋ ਗਈ ਹੈ, ਔਰ ਮੈਂ ਨਾਲੇ ਵੀ ਕਹੂੰਗਾ ਪੇਰੈਂਟਸ ਦੀ ਵੀ ਸੋਚ ਹੋ ਗਈ ਹੈ ਵੀ ਸਾਡਾ ਬੱਚਾ ਕੰਫਰਟੇਬਲ ਖੇਡੇ, ਉਹ ਮਤਲਬ ਸਰੀਰਕ ਤੌਰ 'ਤੇ ਉਹਨੂੰ ਕੋਈ ਦਿੱਕਤ ਨਾ ਆਵੇ। ਜਦੋਂ ਆਪਾਂ ਖੂਨ ਦੀ ਉਲਟੀ ਦੀ ਗੱਲ ਕੀਤੀ ਹੈ, ਅੱਜ ਦੀ ਮੈਂ ਨਿੱਜੀ ਤੌਰ 'ਤੇ ਮੇਰਾ ਤਜਰਬਾ ਆ ਕਿ ਅੱਜ ਕੱਲ੍ਹ ਪੇਰੈਂਟਸ ਦਾ ਵੀ ਇਹ ਹੋ ਗਿਆ ਵੀ ਸਾਡਾ ਬੱਚਾ ਕੋਈ ਐਸੀ ਸਪੋਰਟਸ ਕਰੇ ਜਾਂ ਐਸਾ ਕੋਈ ਕਰੇ ਕਿ ਜਿਹਦੇ 'ਚ ਸਾਡੇ ਬੱਚੇ ਦਾ ਕੋਈ ਜ਼ੋਰ ਨਾ ਲੱਗੇ। ਲੇਕਿਨ ਕੋਈ ਵੀ ਕੰਮ ਬਿਨਾਂ ਜ਼ੋਰ ਤੋਂ, ਬਿਨਾਂ ਤਾਕਤ ਤੋਂ, ਬਿਨਾਂ ਬਲ ਤੋਂ ਨਹੀਂ ਹੋ ਸਕਦਾ। ਸੋ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਇਹ ਵੀਡੀਓ ਗੇਮ, ਇਹ ਸਮੋਸੇ, ਇਹ ਜਿਹੜੀਆਂ ਹੋਰ ਚੀਜ਼ਾਂ ਨੇ, ਇਹਨਾਂ ਤੋਂ ਦੂਰ ਜਾਣ ਦੀ ਲੋੜ ਹੈ। ਔਰ ਅਸੀਂ ਇਹ ਸੋਚ ਬਣਾਈਏ, ਕਿਉਂਕਿ ਮੈਂ ਜਿਹੜੀ ਗੱਲ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਕਰ ਰਹੇ ਸੀਗੇ ਕਿ ਇਹ ਮਨ ਦੇ ਵਿੱਚ ਭਾਵਨਾ ਪੈਦਾ ਕਰਨੀ ਪਏਗੀ, ਇਹ ਭਾਵਨਾ ਜਦੋਂ ਪੈਦਾ ਹੋ ਗਈ, ਜਦੋਂ ਇਕੱਲੇ ਇਕੱਲੇ ਸਕੂਲ ਦੇ ਵਿੱਚ ਇਹ ਮੈਸੇਜ ਚਲਾ ਗਿਆ, ਰੋਜ਼ ਸਵੇਰੇ ਜਦੋਂ ਸਵੇਰੇ ਆਪਾਂ ਪ੍ਰਾਰਥਨਾ ਦਾ ਟਾਈਮ ਹੁੰਦਾ, ਉਦੋਂ ਬੱਚਿਆਂ ਨੂੰ ਜੇ ਦੋ ਦੋ ਤਿੰਨ ਤਿੰਨ ਮਿੰਟ ਵੀ ਇਹ ਗੱਲ ਕਹਿਣ ਲੱਗ ਪਈਏ, ਪਿੰਡ ਪੱਧਰ ਤੁਸੀਂ ਗੱਲ ਕੀਤੀ ਹੈ, ਮੈਂ ਤਾਂ ਇਹ ਵੀ ਮੈਂ ਜ਼ਰੂਰ ਬੇਨਤੀ ਕਰਦਾ ਕਿ ਜਦੋਂ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸਾਡੇ ਭਾਈ ਸਾਹਿਬ ਜਿਹੜੇ ਨੇ ਸਵੇਰੇ ਪਾਠ ਕਰਦੇ ਨੇ, ਉਸ ਤੋਂ ਬਾਅਦ ਇੱਕ ਮੈਸੇਜ ਜ਼ਰੂਰ ਰਿਲੇਅ ਕਰਿਆ ਕਰਨ,
ਆਪਣੇ ਪਿੰਡ ਪੱਧਰ 'ਤੇ, ਕਿਉਂਕਿ ਲਗਭਗ ਅੱਧੀ ਆਬਾਦੀ ਸਾਡੀ ਜਿਹੜੀ ਪੰਜਾਬ ਦੀ ਪਿੰਡਾਂ 'ਚ ਹੀ ਹੈ, ਕਿ ਭਾਈ ਉੱਠ ਕੇ ਸਵੇਰੇ ਗਰਾਊਂਡ ਜਾਓ, ਤੁਸੀਂ ਇੰਨੇ ਨਾਲ ਹੀ ਦੇਖ ਲਓ ਬਹੁਤ ਫਰਕ ਪੈ ਜਾਣਾ। ਬਿਲਕੁਲ। ਔਰ ਸੋਸ਼ਲ ਮੀਡੀਆ 'ਤੇ ਵੀ ਅਸੀਂ ਇੱਦਾਂ ਦੇ ਇੱਕ ਡਰਾਈਵ ਚਲਾਈਏ, ਕਿਉਂਕਿ ਬੱਚੇ ਜਿੰਨੇ ਖੇਡ ਗਰਾਊਂਡ ਦੇ ਵਿੱਚ ਆਉਣਗੇ ਸਾਡੇ ਗਰਾਊਂਡ ਵੀ ਹਰੇ ਭਰੇ ਰਹਿਣਗੇ, ਸਾਡੇ ਕੋਚਿਸ, ਮੈਂ ਇਹ ਵੀ ਨਹੀਂ ਕਹਿੰਦਾ ਕਿ ਕੋਚਿਸਾਂ ਦੀ ਕਮੀ ਹੈ, ਕਿਤੇ ਨਾ ਕਿਤੇ ਉਹ ਚੀਜ਼ਾਂ ਰਹਿਣਗੀਆਂ, ਪਰ ਜੇ ਉੱਥੇ ਗਰਾਊਂਡ ਦੇ ਵਿੱਚ ਇੱਕ ਵੀ ਕੋਚ ਹੈ ਤਾਂ ਉੱਥੇ 200 ਬੱਚਾ ਵੀ ਉਹ ਤੋਂ ਵੀ ਕੰਟਰੋਲ ਹੈ, ਕਿਉਂਕਿ ਜੇ ਖੰਡੇ ਦਾ ਕੋਚ ਹੋਵੇ ਤਾਂ 200 ਬੱਚੇ ਨੂੰ ਵੀ ਜਿਹੜਾ ਕੰਟਰੋਲ ਕਰ ਸਕਦਾ। ਸੋ ਆਪਾਂ ਵੀਡੀਓ ਗੇਮ ਅਤੇ ਆ ਜਿਹੜਾ ਬੈਡ ਕਲਚਰ ਆ, ਜਿਹੜਾ ਸੌਂ ਕੇ ਤੁਸੀਂ ਆਪਣਾ ਕੁਛ ਅਚੀਵਮੈਂਟ ਲੈਣਾ ਚਾਹੁੰਦੇ ਹੋ, ਤੁਸੀਂ ਇਹਦੇ ਲਈ ਬਚਣ ਦਾ ਇੱਕੋ ਇੱਕ ਤਰੀਕਾ, ਤੁਸੀਂ ਸਪੋਰਟਸ ਗਰਾਊਂਡ ਦੇ ਵਿੱਚ ਆਓ, ਕਿਉਂਕਿ ਇੱਕ ਗੱਲ ਹੋਰ ਹੈ ਖੰਨਾ ਸਾਹਿਬ, ਜਦੋਂ ਤੁਸੀਂ ਗਰਾਊਂਡ 'ਚ ਪਹੁੰਚ ਗਏ, ਗਰਾਊਂਡ 'ਚ ਪਹੁੰਚ ਕੇ ਤੁਸੀਂ ਕੱਖ ਨਾ ਕਰਿਓ, ਕੁਛ ਕੋਈ ਕਰਨ ਦੀ ਲੋੜ ਨਹੀਂ, ਜੇ ਤੁਸੀਂ ਜੋਗਿੰਗ ਵੀ ਕਰ ਲਈ ਨਾ ਤਾਂ ਉਹ ਵੀ ਇੱਕ ਤੁਹਾਡਾ ਸਪੋਰਟਸ ਈਵੈਂਟ ਬਣ ਜਾਂਦਾ ਹੌਲੀ ਹੌਲੀ, ਕਿਉਂਕਿ ਅਸੀਂ ਵੀ ਪਹਿਲਾਂ ਸਾਈਕਲਿੰਗ 'ਚ ਨਹੀਂ ਆਏ, ਅਸੀਂ ਵੀ ਪਹਿਲਾਂ ਕਿਸੇ ਹੋਰ ਸਪੋਰਟਸ 'ਚ ਆਏ, ਕਿਉਂਕਿ ਸਾਡਾ ਸਾਰੀ ਦੁਨੀਆ ਦਾ ਜਿਹੜਾ ਮੂਲ ਹੈ ਉਹ ਅਥਲੈਟਿਕ ਹੈ, ਪਹਿਲਾਂ ਜਿਹੜੇ ਖਿਡਾਰੀ ਨੇ ਉਹ ਪਹਿਲਾਂ ਤੁਰਨਗੇ, ਹੌਲੀ ਹੌਲੀ ਸੈਰ ਕਰਨਗੇ, ਰਨਿੰਗ ਕਰਨਗੇ, ਰਨਿੰਗ ਤੋਂ ਬਾਅਦ ਫਿਰ ਹੌਲੀ ਹੌਲੀ ਤਰਾਸ਼ ਕੇ ਜਿਹੜਾ ਬੱਚਾ ਉਹ ਵੱਖ ਵੱਖ 'ਚ, ਕੋਈ ਹਾਕੀ ਚਲਾ ਗਿਆ, ਕੋਈ ਬਾਕਸਿੰਗ ਚਲਾ ਗਿਆ, ਕੋਈ ਸਾਈਕਲਿੰਗ ਚਲਾ ਗਿਆ, ਕੋਈ ਅਥਲੈਟਿਕ ਚਲਾ ਗਿਆ। ਸੋ ਜਦੋਂ ਬੱਚਾ ਗਰਾਊਂਡ ਨਾਲ ਜੁੜ ਗਿਆ, ਇੱਕ ਵਾਰੀ ਬੱਚਾ ਗਰਾਊਂਡ 'ਚ ਆ ਗਿਆ, ਤਾਂ ਡੈਫੀਨੇਟਲੀ ਹੈ ਕਿ ਉਹ ਬੱਚਾ ਸਪੋਰਟਸ ਦਾ ਕਿਸੇ ਨਾ ਕਿਸੇ ਸਪੋਰਟਸ ਦੇ ਵਿੱਚ ਆਊਗਾ। ਔਰ ਜਿਹੜੀ ਤੁਹਾਡੀ ਵੀ ਜਗਿਆਸਾ ਆ, ਤੁਹਾਡੀ ਵੀ ਇੱਛਾ ਆ, ਮੇਰੀ ਵੀ, ਪੂਰੇ ਦਰਸ਼ਕਾਂ ਦੀ ਇੱਛਾ ਹੈ ਵੀ ਓਲੰਪਿਕਸ ਦੇ ਵਿੱਚ ਮੈਡਲ ਕਿਉਂ ਘੱਟ ਆਏ, ਅਸੀਂ ਵਧੀਆ ਪਰਫੋਰਮ ਕਿਉਂ ਨਹੀਂ ਕਰ ਪਾਏ, ਕਿਉਂਕਿ ਜਿੰਨਾ ਤੱਕ ਸਾਡੇ ਕੋਲ ਅਲੋਟ ਨਹੀਂ ਹੋਏਗਾ, ਰੋ ਮਟੀਰੀਅਲ ਜਿੰਨਾ ਜ਼ਿਆਦਾ ਹੋਏਗਾ ਸਾਡੇ ਕੋਲ, ਉਨਾ ਜ਼ਿਆਦਾ ਪੂਰੀ ਪੰਜਾਬ, ਪੂਰੀ ਕੰਟਰੀ ਦੇ ਵਿੱਚ ਅਚੀਵਮੈਂਟ ਤਾਂ ਹੀ ਆਊਗੀ। ਵੱਧ ਤੋਂ ਵੱਧ ਰੋ ਮਟੀਰੀਅਲ ਜਿਹੜਾ 12 ਤੋਂ 14 ਸਾਲ ਜਿਹੜੀ ਸਾਡੀ ਸਪੋਰਟਸ ਪਾਲਿਸੀ ਹੈ ਗਵਰਨਮੈਂਟ ਆਫ ਇੰਡੀਆ ਦੀ, ਉਹ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਇੰਪਲੀਮੈਂਟ ਹੋਣੀ ਚਾਹੀਦੀ ਹੈ। ਹੁਣ ਜੋਬਸ ਦੀ ਗੱਲ ਹੈ, ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਕੁਛ ਮਿਲਦਾ ਨਹੀਂ, ਤੁਹਾਡੇ ਸਾਹਮਣੇ ਅਸੀਂ ਬੈਠੇ ਹਾਂ, ਅਸੀਂ ਪਿੰਡਾਂ ਤੋਂ ਉੱਠ ਕੇ ਆਏ, ਸਪੋਰਟਸ ਕੀਤੀ, ਅੱਜ ਭਾਰਤ ਸਰਕਾਰ ਨੇ ਉੱਚੇ ਅਫੀਸਰ ਬਣਾਇਆ, ਉਹ ਤਾਂ ਹੀ ਬਣ ਪਾਏ ਹਾਂ ਜੇ ਅਸੀਂ ਮਿਹਨਤ ਕੀਤੀ, ਕੈਰੀਅਰ ਬਣਦਾ ਕੈਰੀਅਰ ਯਾ। ਔਰ ਤੁਸੀਂ ਉਹ ਗੱਲ ਕੀਤੀ ਹੈ ਨਾ ਕਿ ਬੱਚਿਆਂ ਨੂੰ ਉਹਨਾਂ ਦੇ ਮਾਂ ਬਾਪ ਕਹਿੰਦੇ ਨੇ ਕੰਫਰਟ ਜ਼ੋਨ 'ਚ ਰਹਿਣ, ਆਰਾਮ ਨਾਲ ਰਹਿਣ, ਕਹਿੰਦਾ ਪੁੱਤਰ ਆਪਾਂ ਸਾਰਾ ਘਰ ਆਟੋਮੈਟਿਕ ਬਣਾ ਲੈਂਦੇ ਹਾਂ, ਬਟਨ ਦੱਬਣ ਨਾਲ ਸਾਰਾ ਕੰਮ ਹੋ ਜਾਊਗਾ, ਹੁਣ ਤਾਂ ਕਹਿੰਦਾ ਪਾਪਾ ਬਟਨ ਕੌਣ ਦੱਬੂ, ਬਸ ਬਸ ਹੋਏ ਵੀ ਹੁਣ ਵੀ ਕੋਈ ਬੰਦਾ ਰੱਖ ਲਈਏ ਭਾਈ, ਬਟਨ ਵੀ ਕੋਈ ਵਾਰੀ ਦੱਬ ਦਿੰਦੇ, ਬਿਲਕੁਲ ਇੰਨੇ ਜ਼ਿਆਦਾ ਆਰਾਮਦਾਇਕ। ਤੁਸੀਂ ਕੀ ਕਹਿਣ ਲੱਗੇ ਹੋ? ਮੈਂ ਕਹਿ ਰਿਹਾ ਸੀ ਕਿ ਅੱਜ ਦੀ ਡੇਟ ਤਾਂ ਲੋਕ ਗੇਟ ਖੋਲਣ ਲਈ ਵੀ ਹੁਣ ਰਿਮੋਟ ਵਾਲਾ ਬਟਨ ਦੱਬਦੇ ਨੇ ਵੀ ਭਾਈ ਗੇਟ ਵੀ ਸਾਡਾ ਹੁਣ ਕੋਈ ਹੋਰ ਹੀ ਖੋਲੇ ਕਰਕੇ। ਸੋ ਜ਼ਿੰਦਗੀ ਰਿਮੋਟ ਕੰਟਰੋਲ ਨਾਲ ਜਾਂ ਬਟਨ ਦੱਬਣ ਨਾਲ ਨਹੀਂ ਚੱਲਦੀ, ਮਿਹਨਤ ਨਾਲ ਚੱਲਦੀ ਹੈ। ਉਹਨਾਂ ਬੱਚਿਆਂ ਦੇ ਵਾਸਤੇ ਤੁਸੀਂ ਬਹੁਤ ਵਧੀਆ ਜ਼ਿਕਰ ਕੀਤਾ ਹੈ, ਡਾਇਟ ਬਾਰੇ ਵੀ ਦੱਸੋ ਤੇ ਉਹਨਾਂ ਦੀ ਮੈਂਟਲ ਹੈਲਥ ਬਾਰੇ, ਜਿਹੜੇ ਸਾਰਾ ਦਿਨ ਇਲੈਕਟ੍ਰੋਨਿਕਸ ਦੇ ਵਿੱਚ ਹੀ ਲੱਗੇ ਰਹਿੰਦੇ ਨੇ, ਉਹਨਾਂ ਨੂੰ ਕਿੱਦਾਂ ਆਪਾਂ ਤਿਆਰ ਕਰੀਏ? ਔਰ ਖਾਸ ਕਰਕੇ ਜਿਹਨਾਂ ਦੀ ਜੋਬ ਹੀ ਇਹ ਹੈ ਕਿ 24 ਘੰਟੇ ਉਹਨਾਂ ਨੇ ਕੰਪਿਊਟਰ 'ਤੇ ਰਹਿਣਾ ਹੈ ਨਾ, ਉਹਨਾਂ ਦੀ ਗਰਦਨ ਦੀਆਂ ਪ੍ਰੋਬਲਮਸ ਔਰ ਫਿਜ਼ੀਕਲ ਪ੍ਰੋਬਲਮਸ ਹੋ ਜਾਂਦੀਆਂ ਨੇ ਜੀ। ਸੋ ਸਪੋਰਟਸ ਨਾਲ ਜੁੜ ਕੇ ਕਿੱਦਾਂ ਬਚ ਸਕਦੇ ਨੇ? ਬਿਲਕੁਲ ਜੀ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਇਸ ਗੱਲ ਦਾ, ਜਿਹੜੀ ਜਿਹੜੇ ਖਿਡਾਰੀ ਨੇ ਜਾਂ ਆਮ ਲੋਕ ਨੇ ਜਿਹੜੇ ਕੰਪਿਊਟਰਸ ਨਾਲ ਜੁੜੇ ਹੋਏ ਨੇ, ਜਾਂ ਉਹਨਾਂ ਲੱਗਦਾ ਕਿ ਅਸੀਂ ਬਾਹਰ ਨਹੀਂ ਜਾ ਸਕਦੇ, ਪਰ ਮੈਨੂੰ ਨਹੀਂ ਲੱਗਦਾ ਜੇ ਤੁਸੀਂ ਇੱਕ ਸਟੂਡੀਓ 'ਚ ਬੈਠੇ ਹਾਂ, ਆਪਾਂ ਜੇ ਇੱਥੇ ਵੀ ਵਰਕਆਊਟ ਕਰਨਾ ਚਾਹੀਏ ਤਾਂ ਇੱਥੇ ਵੀ ਤੁਸੀਂ 50 ਡੰਡ ਬੈਠਕਾਂ ਮਾਰ ਲਓ, ਤੁਸੀਂ ਪੁਸ਼ਅਪਸ ਲਗਾ ਲਓ, ਤੁਸੀਂ ਕੋਈ ਬਰੀਦਿੰਗ ਐਕਸਰਸਾਈਜ਼ ਕਰ ਲਓ, ਤੁਸੀਂ ਯੋਗ ਕਰ ਲਓ, ਤੁਸੀਂ ਮੈਡੀਟੇਸ਼ਨ ਕਰ ਲਓ, ਉਹ ਵੀ ਇੱਕ ਸਪੋਰਟਸ ਦਾ ਪਾਰਟ ਹੈ ਜੇ ਤੁਸੀਂ ਕਰਨਾ ਚਾਹੋ। ਮੈਨੂੰ ਲੱਗਦਾ ਕਿ ਕੋਈ ਐਸਾ ਵਰਕ ਹੈਗਾ ਜਿਹਦੇ ਤੁਹਾਨੂੰ 15 ਮਿੰਟ 20 ਮਿੰਟ ਦਾ ਤੁਹਾਨੂੰ ਜਿਹੜਾ ਹੈਗਾ ਬ੍ਰੇਕ ਨਹੀਂ ਮਿਲਦਾ, 2 ਘੰਟੇ ਦਾ ਬ੍ਰੇਕ ਨਹੀਂ ਮਿਲਦਾ, ਜਾਂ ਕੁਛ ਵੀ ਨਾ ਹੋਵੇ ਤਾਂ ਸਵੇਰੇ ਸ਼ਾਮ ਤਾਂ ਬੰਦਾ ਘਰ ਜਾਂਦਾ ਹੀ ਹੈ, ਤਾਂ ਆਪਣੇ ਸਮੇਂ 'ਚੋਂ ਜਿਹੜਾ ਹੈਗਾ ਟਾਈਮ ਕੱਢ। ਜੀ ਕਾਲੋ ਸਾਹਿਬ, ਜਗਦੀਪ ਸਿੰਘ ਕਾਲੋ ਸਾਨੂੰ ਹੁਣ ਇੱਕ ਫਾਈਨਲ ਸੰਦੇਸ਼ ਦੇਣਗੇ ਜੋ ਖਾਸ ਡਾਇਰੈਕਟਲੀ ਬੱਚਿਆਂ ਵਾਸਤੇ। ਮਾਂ ਬਾਪ ਦੀ ਗੱਲ ਹੋ ਗਈ, ਕੋਚਿਸ ਦੀ, ਟੀਚਰ ਦੀ, ਸਭ ਗੱਲ ਹੋ ਗਈ, ਉਹ ਬੱਚਿਆਂ ਨੂੰ ਡਾਇਰੈਕਟਲੀ ਕੀ ਕਹੋਗੇ ਤੁਸੀਂ, ਉਹ ਕਹਿ ਦਿਓ। ਬਿਲਕੁਲ, ਮੈਂ ਆਪਣੇ ਪੂਰੇ ਦੁਨੀਆ 'ਚ ਵੱਸਦੇ ਬੱਚਿਆਂ ਨੂੰ ਰਿਕੁਐਸਟ ਕਰਦਾ
ਕਿ ਜਿੱਦਾਂ ਅਸੀਂ ਔਰ ਜਿੱਦਾਂ ਭਾਜੀ ਹੁਣਾਂ ਨੇ ਸਾਰਿਆਂ ਦਾ ਨਾਮ ਲਿਆ, ਪਦਮ ਸ਼੍ਰੀ ਮਿਲਖਾ ਸਿੰਘ ਜੀ, ਪੀ ਟੀ ਊਸ਼ਾ ਜੀ, ਮੇਜਰ ਧਿਆਨ ਚੰਦ ਜੀ ਜਾਂ ਹੋਰ ਪੂਰੇ ਹਿੰਦੁਸਤਾਨ ਦੇ ਪੰਜਾਬ ਦੇ ਵੱਖ ਵੱਖ ਖਿਡਾਰੀ ਨੇ, ਉਹ ਤਾਂ ਹੀ ਬਣੇ ਨੇ, ਉਹਨਾਂ ਨੇ ਗਰਾਊਂਡਾਂ ਨਾਲ ਜੁੜੇ ਨੇ, ਉਹਨਾਂ ਨੇ ਆਪਣਾ ਹਾਰਡਵਰਕ ਕੀਤਾ, ਉਹਨਾਂ ਦੇ ਅੰਦਰ ਜਜ਼ਬਾ ਆ, ਉਹਨਾਂ ਨੇ ਮਿਹਨਤ ਕੀਤੀ ਹੈ। ਸੋ ਮਿਹਨਤ ਤੋਂ ਬਿਨਾਂ ਕੋਈ ਵੀ ਚੀਜ਼ ਸਕਸੈਸ ਨਹੀਂ ਹੋ ਸਕਦੀ, ਸਫਲਤਾ ਨਹੀਂ ਮਿਲ ਸਕਦੀ। ਸੋ ਆਪਾਂ ਨੂੰ ਖੇਡ ਗਰਾਊਂਡਾਂ ਨਾਲ ਜੁੜਨ ਦੀ ਲੋੜ ਹੈ। ਸਵੇਰੇ ਉੱਠ ਕੇ ਆਪਾਂ ਇਹ ਨਿਸ਼ਚੇ ਕਰੀਏ ਵੀ ਇੱਕ ਘੰਟਾ ਆਪਣੇ ਸਰੀਰ ਨੂੰ ਦੇਣਾ। ਜੇ ਆਪਾਂ ਇੱਕ ਘੰਟਾ ਸਰੀਰ ਨੂੰ ਦੇਵਾਂਗੇ ਤਾਂ ਨੈਚੁਰਲੀ ਹੈ ਵੀ ਅਸੀਂ ਜਿਹੜਾ ਆਪਣਾ ਸਰੀਰ ਫਿੱਟ ਕਰ ਪਾਵਾਂਗੇ। ਨਾਲ ਮੈਂ ਇਹ ਵੀ ਆਪਣੇ ਵੱਲੋਂ ਬੇਨਤੀ ਵੀ ਕਰ ਦਿੰਦਾ ਕਿ ਬੱਚਿਆਂ ਨੇ ਅੱਜ, ਕਿਉਂਕਿ ਬੱਚੇ ਚਾਹੁੰਦੇ ਨੇ ਕਿ ਅਸੀਂ ਕਰੀਏ ਕੀ, ਤਾਂ ਉਹਦੇ ਲਈ ਕੈਰੀਅਰ ਕਾਉਂਸਲਿੰਗ ਜਿਹੜੀ ਆ ਉਹ ਬੜੀ ਜ਼ਰੂਰੀ ਹੈ, ਉਹ ਚਾਹੇ ਕਿਸੇ ਪੱਧਰ 'ਤੇ ਵੀ ਹੋਵੇ। ਸੋ ਇਹ ਸਾਰਾ ਜਿਹੜਾ ਕੰਮ ਹੈ ਉਹ ਬੱਚੇ, ਜੇ ਬੱਚੇ ਕਰਾਉਣ ਆਉਣਗੇ ਤਾਂ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਸੈਕਿੰਡ ਆਉਣਗੀਆਂ, ਨਹੀਂ ਅਦਰਵਾਈਜ਼ ਜਿਹੜਾ ਬੱਚਿਆਂ ਦੇ ਐਫਰਟ ਤੋਂ ਬਿਨਾਂ ਕੋਈ ਕੰਮ ਸਫਲ ਨਹੀਂ ਹੋ ਸਕਦਾ। ਜਗਦੀਪ ਜੀ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਤੁਸੀਂ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਤਿਆਰ ਕਰਦੇ ਰਹੋ ਓਲੰਪਿਕਸ ਵਾਸਤੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਸਾਰੀਆਂ ਗੱਲਾਂ ਚੇਤੇ ਰੱਖਣੀਆਂ ਨੇ ਬੱਚਿਆਂ ਨੇ, ਔਰ ਉਹਨਾਂ ਦੇ ਮੁਤਾਬਿਕ ਹੀ ਕੰਮ ਕਰਨਾ। ਸ਼ੁਕਰੀਆ।